ਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਸੱਚ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਹੋ ਸਰਣਾਈ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੈਹੋ ਤੁਮ ਕਥਾ ਸੁਧਾਰੀ ਕਹਾਂ ਲੱਗੈ ਇਹੋ ਕੀਟ ਬਖਾਨੇ ਮਹਿਮਾ ਤੋਰ ਤੂੰ ਹੀ ਪ੍ਰਭ ਜਾਣੈ ਹੈ ਪਿਤਾ ਜਨਮ ਜਿਮ ਪੂਤ ਨ ਪਾਵੈ ਕਹਾਂ ਤਵਨ ਕਾ ਭੇਦ ਬਤਾਵੈ ਮੂਕ ਉਚਰੈ ਸ਼ਾਸਤ੍ਰ ਖੱਟ ਪਿੰਗ ਗਿਰਨ ਚੜ ਜਾਈ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਚੱਟੀਐ ਤੁਧ ਡਿੱਠੇ ਸੱਚੇ ਪਾਤ ਸਾਹ ਮਲ ਜਨਮ
ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇਥੈ ਧੰਦਾ ਕੂੜਾ ਚਾਰ ਦਿਹਾ ਆਗੈ ਸਰ ਪਰ ਜਾਣਾ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇਥੈ ਧੰਦਾ ਕੂੜਾ ਚਾਰ ਦਿਹਾ ਆਗੈ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬ ਕੀਜੈ ਜਿਤ ਸੇਵਿਐ ਦਰਗਹ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰਿਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਆਗੈ ਹੁਕਮ ਨ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰਿਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਆਲਮ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਿਕ ਜੁਗ ਜੁਗ ਅਟਲ ਧੰਨ ਧੰਨ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਗੁਰੂ ਸ਼ਬਦ ਦੀਆਂ ਨੇਮੀ ਪ੍ਰੇਮੀ ਗੁਰਸਿੱਖ ਸੰਗਤਾਂ ਨੇ
ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਸਨਮੁੱਖ ਹਾਜ਼ਰੀ ਭਰਦਿਆਂ ਹੋਇਆਂ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਸਰਵਣ ਕੀਤਾ ਹੈ। ਉਪਰੰਤ ਗੁਰੂ ਘਰ ਦੇ ਕੀਰਤਨੀਆਂ ਦੀ ਪਾਵਨ ਰਸਨਾ ਤੋਂ ਪਾਸਾ ਜੀ ਕੀ ਵਾਰ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ, ਜੋ ਇਸ ਅਸਥਾਨ ਤੇ ਰੋਜ਼ਾਨਾ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਅੰਮ੍ਰਿਤ ਬਚਨ ਹੈ, ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਝੋਟਾ ਖਾਵਹਿ, ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ। ਇਨ੍ਹਾਂ ਮਹਾਂਵਾਕਾਂ ਅਨੁਸਾਰ ਸਤਿਗੁਰੂ ਪਾਤਸ਼ਾਹ ਜੀਆਂ ਦੇ ਸਨਮੁੱਖ ਬੈਠਣ ਦਾ, ਅੰਮ੍ਰਿਤ ਬਾਣੀ ਸਰਵਣ ਕਰਨ ਦਾ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀਆਂ ਦੀ ਮਹਾਨ ਬਖਸ਼ਿਸ਼ ਸਦਕਾ ਜੋ ਲੜੀਵਾਰ ਕਥਾ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ, ਆਦਿ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਜਿਸਦਾ ਨਾਮ ਹੈ ਅਲਾਹਣੀਆਂ। ਇਹ ਪਵਿੱਤਰ ਬਾਣੀ ਕਥਾ ਦੇ ਰੂਪ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਇਸ ਬਾਣੀ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਪੰਜ ਸ਼ਬਦ ਉਚਾਰਨ ਕੀਤੇ ਨੇ ਔਰ ਹਰ ਇੱਕ ਸ਼ਬਦ ਵਿੱਚ ਚਾਰ ਚਾਰ ਬੰਦ ਹਨ, ਚਾਰ ਚਾਰ ਪਦੇ ਹਨ ਔਰ ਇਹ ਪਾਵਨ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 578 ਅੰਗ ਤੇ ਆਰੰਭ ਹੁੰਦੀ ਹੈ ਔਰ ਇਸ ਪਵਿੱਤਰ ਬਾਣੀ ਦਾ ਸਿਰਲੇਖ ਹੈ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ। ਪੰਜਵੇਂ ਘਰ ਸੁਰਤਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਬਾਣੀ ਵਡਹੰਸ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 578 ਅੰਗ ਤੇ ਸੁਸ਼ੋਭਿਤ ਹੈ। ਇਸ ਪਵਿੱਤਰ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਜੀਆਂ ਨੇ ਇਸ ਸੰਸਾਰਕ ਜੀਵਨ ਦੀ ਅਵਧੀ, ਇਸ ਸੰਸਾਰਕ ਪਦਾਰਥਾਂ ਦੀ ਔਰ ਜੀਵਨ ਦੀ ਅਸੱਤਤਾ ਦਾ ਗਿਆਨ ਬਖਸ਼ਿਸ਼ ਕਰਦਿਆਂ ਹੋਇਆਂ ਉਸ ਸੱਤ ਸਰੂਪ ਵਾਹਿਗੁਰੂ ਨਾਲ ਜੁੜਨ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਪਵਿੱਤਰ ਬਾਣੀ ਦਾ ਪਹਿਲਾ ਪਦਾ ਆਪਾਂ ਸਰਵਣ ਕੀਤਾ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀਆਂ ਨੇ ਇਹ ਬਚਨ ਕਹੇ ਨੇ, ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦੈ ਲਾਇਆ।
ਉਹ ਮਾਲਕ ਵਾਹਿਗੁਰੂ ਸਿਰੰਦਾ ਹੈ, ਸਿਰਜਣਹਾਰ ਹੈ, ਸੱਚਾ ਹੈ, ਉਹ ਪੂਜਣ ਯੋਗ ਹੈ, ਧੰਨ ਹੈ, ਜਿਸਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਆਪੋ ਆਪਣੇ ਕਰਮਾਂ ਦੇ ਵਿੱਚ ਪ੍ਰਵਿਰਤ ਕੀਤਾ ਹੈ, ਧੰਦਿਆਂ ਵਿੱਚ ਲਾਇਆ ਹੋਇਆ ਹੈ। ਇਸ ਤੋਂ ਅੱਗੇ ਇਸ ਪਾਵਨ ਸ਼ਬਦ ਦੇ ਤਿੰਨ ਬੰਦ ਹੋਰ ਹਨ। ਉਹਨਾਂ ਤਿੰਨ ਬੰਦਾਂ ਦੇ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਪਵਿੱਤਰ ਉਪਦੇਸ਼ ਪਰਮ ਕਲਿਆਣਕਾਰੀ ਸਿੱਖਿਆ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਆਓ ਗੁਰੂ ਚਰਨਾਂ 'ਚ ਹਾਜ਼ਰੀ ਭਰਦੇ ਹੋਇਆਂ ਮਨ ਚਿੱਤ ਵਰਿੱਤੀਆਂ ਦੀ ਇਕਾਗਰਤਾ ਨਾਲ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹੇ ਮੇਰੇ ਭਾਈ ਜਨੋ, ਸਤਸੰਗੀ ਜਨੋ, ਹੈ ਗੁਰਮੁਖ ਜਨੋ, ਉਸ ਸਾਹਿਬ ਦਾ ਸਿਮਰਨ ਕਰਨਾ ਚਾਹੀਦਾ ਹੈ। ਫਾਰਸੀ ਦਾ ਲਫ਼ਜ਼ ਹੈ ਸਾਹਿਬ, ਸਾਹਿਬ ਕਹਿੰਦੇ ਮਾਲਿਕ, ਜੋ ਮਾਲਿਕ ਹੈ, ਸਭ ਦਾ ਰੱਖਿਅਕ ਹੈ, ਐਸਾ ਜੋ ਸਾਹਿਬ ਮਾਲਿਕ ਉਸ ਨੂੰ ਸਿਮਰੋ, ਉਸ ਦਾ ਚਿੰਤਨ ਕਰਨਾ ਹੈ, ਕਿਉਂਕਿ ਇਹ ਉਸ ਕਰਤੇ ਪੁਰਖ ਦੀ ਕਲਾ ਹੈ ਔਰ ਕੁਦਰਤ ਦਾ ਅਟਲ ਨਿਯਮ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸ ਲਈ ਕਹਿੰਦੇ ਨੇ ਸਭਨਾ ਇਹੋ ਪਿਆਣਾ, ਪਿਆਣਾ ਦਾ ਅਰਥ ਹੈ ਪਿਆਨਾ ਕਰਨਾ, ਪਿਆਨਾ ਕਹਿੰਦੇ ਚਲੇ ਜਾਣਾ। ਮਹਾਰਾਜ ਕਹਿੰਦੇ ਸਾਰਿਆਂ ਨੇ ਇੱਥੋਂ ਪਿਆਨਾ ਕਰਨਾ ਹੈ, ਸਾਰਿਆਂ ਨੇ ਇੱਥੋਂ ਚਲੇ ਜਾਣਾ ਹੈ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਇਸ ਕਰਕੇ ਕਹਿੰਦੇ ਜਿੰਨਾ ਕੁ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ, ਇਸ ਸਮੇਂ ਦਾ ਲਾਹਾ ਲੈਣਾ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਪਵਿੱਤਰ ਬਾਣੀ ਅੰਦਰ ਇਹ ਸਮਝਾਇਆ ਹੈ, ਪ੍ਰਾਣੀ ਤੋਂ ਆਇਆ ਲਾਹਾ ਲੈਣ, ਸੰਸਾਰ ਵਿੱਚ ਲਾਹਾ ਲੈਣ ਵਾਸਤੇ ਆਇਆ। ਪਰ ਕਹਿੰਦੇ ਤੂੰ ਤਾਂ ਹੋਰ ਪਾਸੇ ਲੱਗਾ ਹੋਇਆ, ਹਜ਼ੂਰ ਦੇ ਬਚਨ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੀ, ਸਭ ਮੁੱਕਦੀ ਚੱਲੀ ਰਹਿਣ। ਰਹਿਣ ਕਹਿੰਦੇ ਰਾਤ, ਕਹਿੰਦੇ ਜਿਵੇਂ ਰਾਤ ਲੰਘ ਜਾਂਦੀ ਹੈ ਨਾ, ਕਈ ਵਾਰੀ ਅਸੀਂ ਸਵੇਰੇ ਉੱਠ ਕੇ ਹੈਰਾਨ ਹੁੰਦੇ ਹਾਂ ਕਿ ਇਉਂ ਲੱਗਦਾ ਕਿ ਹੁਣੇ ਸੁੱਤੇ ਸੀ, ਪਤਾ ਹੀ ਨਹੀਂ ਲੱਗਾ, ਚਾਟੀ ਰਾਤ ਲੰਘ ਗਈ। ਕਈ ਵਾਰੀ ਅਸੀਂ ਕਹਿੰਦੇ ਹਾਂ ਦਿਨ ਬੜਾ ਲੰਬਾ ਹੈ, ਦਿਨ ਲੰਘਦਾ ਨਹੀਂ ਹੈ, ਪਰ ਰਾਤ ਸੁੱਤਿਆਂ ਝੱਟ ਹੀ ਲੰਘ ਜਾਂਦੀ ਹੈ। ਇਸ ਕਰਕੇ ਇਸ ਮਨੁੱਖੀ ਜ਼ਿੰਦਗੀ ਨੂੰ ਸਤਿਗੁਰਾਂ ਨੇ ਰਾਤ ਦੇ ਨਾਲ ਤਸ਼ਬੀਹ ਦਿੱਤੀ ਹੈ, ਰਾਤ ਦੇ ਨਾਲ ਤੁਲਨਾ ਕੀਤੀ ਹੈ, ਸਭ ਮੁੱਕਦੀ ਚੱਲੀ ਰਹਿਣ। ਕਹਿੰਦੇ ਤੇਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ, ਤੂੰ ਸੰਸਾਰ ਵਿੱਚ ਆਇਆ ਤਾਂ ਲਾਹਾ ਲੈਣ ਸੀ, ਪਰ ਕਹਿੰਦੇ ਬੜਾ ਅਫਸੋਸ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੀ, ਹੋਰ ਹੀ ਖੋਟੇ ਕੰਮਾਂ 'ਚ ਮਾੜੇ ਕਰਮਾਂ 'ਚ ਪ੍ਰਵਿਰਤ ਹੋਇਆ ਪਿਆ ਹੈ। ਇਸ ਲਈ ਕਹਿੰਦੇ ਜਾਗ, ਹੋਸ਼ ਕਰ, ਸਭ ਮੁੱਕਦੀ ਚੱਲੀ ਰਹਿਣ। ਇਸ ਲਈ ਇੱਥੇ ਬਚਨ ਕਰਦੇ ਨੇ ਸਭਨਾ ਇਹੋ ਪਿਆਣਾ, ਸਭ ਨੇ ਇੱਥੋਂ ਪਿਆਣਾ, ਪਿਆਨਾ ਕਰ ਜਾਣਾ ਹੈ, ਸਭ ਨੇ ਇੱਥੋਂ ਚਲੇ ਜਾਣਾ ਹੈ। ਇਸ ਕਰਕੇ ਭਾਈ ਸਾਹਿਬ ਸਿਮਰੋ ਮੇਰੇ ਭਾਈ ਹੋ,
ਮੇਰੇ ਸਾਹਿਬ ਮਾਲਕ ਦਾ ਸਿਮਰਨ ਕਰਿਆ ਕਰੋ। ਇੱਥੇ ਧੰਦਾ ਕੂੜਾ ਚਾਰ ਦੇਹਾ, ਆਗੇ ਸਰ ਪਰ ਜਾਣਾ। ਮਹਾਰਾਜ ਕਹਿੰਦੇ ਇੱਥੇ ਜੋ ਤੇਰਾ ਜੀਵਨ ਹੈ, ਜੋ ਤੇਰਾ ਧੰਦਾ ਹੈ, ਜੋ ਤੇਰਾ ਕੰਮ ਹੈ, ਇਹ ਚਾਰ ਕੁ ਦਿਨਾਂ ਦਾ ਹੈ। ਇਸ ਕਰਕੇ ਇਹਨਾਂ ਧੰਦਿਆਂ ਵਿੱਚ ਫਸਣਾ ਨਹੀਂ ਹੈ। ਗੁਰਮਤਿ ਦਾ ਸਾਧ ਸੰਗਤ ਜੀ ਜੋ ਸਿਧਾਂਤ ਹੈ, ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਕੰਮ ਧੰਦੇ ਕਰਨ ਤੋਂ ਰੋਕਿਆ ਨਹੀਂ। ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸਰੀਰਕ ਜੀਵਨ ਦੇ 18 ਕੁ ਸਾਲ ਲਗਾਤਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਤੀਤ ਕੀਤੇ ਨੇ। ਉਹਨਾਂ ਪਿਛਲੇ 18 ਸਾਲਾਂ ਚ ਲਗਾਤਾਰ ਮਹਾਰਾਜ ਉੱਥੇ ਰਹੇ ਨੇ। ਉੱਥੇ ਮਹਾਰਾਜ ਜੀਆਂ ਨੇ ਫਿਰ ਖੇਤੀ ਕੀਤੀ ਹੈ, ਹਲ ਚਲਾਇਆ ਹੈ, ਔਰ ਸਾਨੂੰ ਦੱਸਿਆ ਹੈ ਕਿ ਇਸ ਤਰ੍ਹਾਂ ਮਸ਼ਕਤ ਕਰਨੀ ਹੈ, ਇਸ ਤਰ੍ਹਾਂ ਆਪਣੀ ਕਿਰਤ ਵਿਰਤ ਵੀ ਕਰਨੀ ਹੈ। ਪਰ ਇਸ ਕਿਰਤ ਦੇ ਨਾਲ, ਸੰਸਾਰੀ ਧੰਦਿਆਂ ਦੇ ਨਾਲ ਨਾਲ ਪਰਮਾਤਮਾ ਦੀ ਬੰਦਗੀ ਜ਼ਰੂਰੀ ਹੈ, ਸੇਵਾ ਸਿਮਰਨ ਸਤਸੰਗਤ ਜ਼ਰੂਰੀ ਹੈ। ਤੂੰ ਕਹਿੰਦੇ ਜੇ ਦੁਨਿਆਵੀ ਧੰਦਿਆਂ ਵਿੱਚ ਇੰਨਾ ਖਚਤ ਹੋ ਗਿਆ, ਜੇ ਤੈਨੂੰ ਕੋਈ ਕਹੇ ਭਾਈ ਅੰਮ੍ਰਿਤ ਵੇਲੇ ਜਾਗਿਆ ਕਰ, ਤੂੰ ਕਹੇ ਨਹੀਂ ਜੀ ਉੱਠਿਆ ਨਹੀਂ ਜਾਂਦਾ, ਸਮਾਂ ਨਹੀਂ ਹੈ, ਕੰਮ ਕਾਰ ਤੋਂ ਬਹੁਤ ਦੇਰ ਹੋ ਜਾਂਦੀ ਹੈ, ਜਾਂ ਫਿਰ ਕੋਈ ਕਹੇ ਸੰਗਤ ਵਿੱਚ ਜਾਇਆ ਕਰ, ਤੂੰ ਕਹੇ ਨਹੀਂ ਜੀ ਇੰਨਾ ਸਮਾਂ ਕਿੱਥੇ ਹੈ, ਬਾਣੀ ਪੜਿਆ ਕਰ, ਪਾਠ ਕਰਿਆ ਕਰ, ਨਹੀਂ ਜੀ ਇੰਨਾ ਸਮਾਂ ਕਿੱਥੇ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜੀਵਨ ਨਾ ਹੋਵੇ। ਧੰਦੇ ਜ਼ਰੂਰ ਕਰਨੇ ਨੇ, ਪਰ ਧੰਦਿਆਂ ਵਿੱਚ ਇੰਨਾ ਗਲਤਾਨ ਨਹੀਂ ਹੋਣਾ ਕਿ ਤੂੰ ਇਸ ਧਰਮ ਦੇ ਮਾਰਗ ਨੂੰ, ਸੇਵਾ ਸਿਮਰਨ ਬੰਦਗੀ ਨੂੰ ਤਿਆਗ ਦੇਵੇਂ। ਫਿਰ ਤੇਰੇ ਧੰਦੇ ਤੇਰੇ ਵਾਸਤੇ ਦੁੱਖ ਰੂਪ ਨੇ, ਤੇਰੇ ਵਾਸਤੇ ਘਾਟੇ ਵਾਲਾ ਸੌਦਾ ਹੈ। ਤੂੰ ਇਸ ਕਰਕੇ ਇਹਨਾਂ ਧੰਦਿਆਂ ਦੀ ਅਸਲੀਅਤ ਦੱਸ ਦਿੱਤੀ ਹੈ। ਕਹਿੰਦੇ ਇੱਥੇ ਧੰਦਾ ਕੂੜਾ, ਕੂੜ ਨਾਮ ਹੁੰਦਾ ਝੂਠ ਦਾ, ਕੂੜ ਨਾਮ ਹੁੰਦਾ ਜਿਹੜੀ ਚੀਜ਼ ਬੇਕਾਰ ਹੋ ਜਾਏ। ਆਪਾਂ ਕਹਿੰਦੇ ਨਾ ਤਾਂ ਕੂੜਾ ਹੀ ਹੈ, ਸੁੱਟ ਦਿਓ। ਤੁਹਾਰਾ ਕਹਿੰਦੇ ਤੇਰੀ ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਜੀਵਨ ਦੀ ਕੀਮਤ ਨਹੀਂ ਪਾਈ ਜਾ ਸਕਦੀ, ਬਹੁਤ ਕੀਮਤੀ ਹੈ। ਪਰ ਜੇ ਤੂੰ ਗੁਰੂ ਦੀ ਸਿੱਖਿਆ ਨਾ ਲਈ, ਆਪਣੇ ਜੀਵਨ ਵਿੱਚ ਸਤਿਗੁਰੂ ਦੇ ਗਿਆਨ ਨੂੰ ਨਾ ਸਮਝਿਆ, ਨਾ ਕਮਾਇਆ, ਬੇਸ਼ਕੀਮਤੀ ਜੀਵਨ ਇਹ ਰਤਨ ਜੀਵਨ ਕੂੜਾ ਬਣ ਜਾਏਗਾ, ਵਿਅਰਥ ਹੋ ਜਾਏਗਾ, ਬੇਕਾਰ ਹੋ ਜਾਏਗਾ। ਇਸ ਕਰਕੇ ਜੋ ਵੀ ਮਾਈ ਭਾਈ ਸਤਿਗੁਰਾਂ ਦੀ ਸੰਗਤ ਵਿੱਚ ਆਉਂਦਾ, ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਇਹ ਗੋਹਜ ਗਿਆਨ, ਇਹ ਅਧਿਆਤਮਕ ਸਿੱਖਿਆ ਸੇਵਕ ਸਿੱਖ ਨੂੰ ਬਖਸ਼ਦੇ ਨੇ, ਤਾਂ ਕਿ ਇਸ ਜੀਵਨ ਦੀ ਜਾਂਚ ਨੂੰ ਸਿੱਖ ਲਈਏ ਕਿ ਸੰਸਾਰਿਕ ਜੀਵਨ ਕਿਵੇਂ ਬਤੀਤ ਕਰਨਾ ਹੈ। ਮਹਾਰਾਜ ਕਹਿੰਦੇ ਧੰਦੇ ਵੀ ਕਰਨੇ ਨੇ, ਪਰ ਸਤਿਗੁਰੂ ਦੀ ਬਾਣੀ, ਸਤਿਗੁਰੂ ਦੀ ਸੰਗਤ, ਸੇਵਾ ਸਿਮਰਨ, ਇਸ ਚੀਜ਼ ਨੂੰ ਨਾਲ ਨਾਲ ਜਾਰੀ ਰੱਖਣਾ, ਤਿਆਗਣਾ ਨਹੀਂ ਹੈ। ਇਹ ਨਹੀਂ ਕਹਿਣਾ ਮੇਰੇ ਕੋਲ ਸਮਾਂ ਨਹੀਂ ਹੈ, ਇਹ ਨਹੀਂ ਕਹਿਣਾ ਮੈਂ ਕਰ ਨਹੀਂ ਸਕਦਾ। ਜਿਸ ਤਰ੍ਹਾਂ ਹੋ ਗਿਆ, ਫਿਰ ਮਹਾਰਾਜ ਕਹਿੰਦੇ ਇੱਥੇ ਧੰਦਾ ਕੂੜਾ ਚਾਰ ਦੇਹਾ। ਇਹ ਤਾਂ ਜਿਹੜੇ ਧੰਦੇ ਨੇ ਫਿਰ ਕੂੜੇ ਝੂਠੇ ਨੇ, ਚਾਰ ਕੁ ਦਿਨਾਂ ਦੇ ਨੇ। ਤੋ ਮਹਾਰਾਜ ਕਹਿੰਦੇ ਭਾਈ ਇਸ ਗੱਲ ਨੂੰ ਸਮਝ ਲੈ, ਔਰ ਇਸ ਵਿਚਾਰ ਨੂੰ ਵੀ ਆਪਣੇ ਅੰਦਰ ਪੱਕੀ ਕਰ ਲੈ ਕਿ ਆਗੇ ਸਰ ਪਰ ਜਾਣਾ। ਸਰ ਪਰ ਦਾ ਅਰਥ ਹੁੰਦਾ ਹੈ ਜਿਹੜੀ ਗੱਲ ਪੱਕੀ ਹੋਵੇ, ਨਿਸ਼ਚੇ ਵਾਲੀ, ਅਟਲ, ਜਿਹਦੇ ਚ ਕੋਈ ਹੇਰ ਫੇਰ ਨਹੀਂ ਹੋ ਸਕਦਾ, ਕੋਈ ਬਦਲ ਨਹੀਂ ਹੋ ਸਕਦਾ। ਸਰ ਪਰ
ਬਿਲਕੁਲ ਅਟਲ, ਬਿਲਕੁਲ ਪੱਕੀ। ਤੋ ਮਹਾਰਾਜ ਕਹਿੰਦੇ ਨੇ ਆਗਿਆ ਸਰ ਪਰ ਜਾਣਾ। ਤੋ ਇਹ ਬਚਨ ਵੀ ਤਾਂ ਕਹਿ ਰਹੇ ਨੇ ਜਦੋਂ ਇਹ ਬਚਨ ਹਿਰਦੇ ਚ ਵਸ ਜਾਣ ਉਦੋਂ ਫਿਰ ਬੰਦਾ ਪਾਪ ਨਹੀਂ ਕਰਦਾ ਹੈ, ਮਾੜੇ ਕਰਮ ਨਹੀਂ ਕਰਦਾ ਹੈ। ਉਦੋਂ ਅੰਦਰ ਪਰਮਾਤਮਾ ਦਾ ਡਰ, ਪਰਮਾਤਮਾ ਦਾ ਅਦਬ ਬਣਿਆ ਰਹਿੰਦਾ ਹੈ। ਭਾਵੇਂ ਕਿ ਆਪਣੀ ਜ਼ੁਬਾਨ ਤੋਂ ਸਾਰੀ ਦੁਨੀਆਂ ਕਹਿੰਦੀ ਹੈ ਕਿ ਜੀ ਇਹ ਤਾਂ ਚਾਰ ਕੁ ਦਿਨਾਂ ਦੀ ਜ਼ਿੰਦਗੀ ਹੈ, ਇੱਥੇ ਕਿਹਨੇ ਰਹਿਣਾ ਹੈ, ਚਲੀ ਜਾਣਾ ਹੈ, ਪਰ ਅੰਦਰੋਂ ਨਿਸ਼ਚਾ ਨਹੀਂ ਹੈ। ਤੋ ਇਸ ਕਰਕੇ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਸੱਚਮੁੱਚ ਹੀ ਇਸ ਗੱਲ ਨੂੰ ਜਾਣ ਲਿਆ ਨਾ, ਉਹਨਾਂ ਦਾ ਜੀਵਨ ਥੋੜ੍ਹਾ ਵੱਖਰਾ ਹੁੰਦਾ ਸੰਸਾਰ ਨਾਲੋਂ। ਸੰਸਾਰੀ ਬੰਦੇ ਦਾ ਸੁਭਾਅ ਹੈ, ਜ਼ੁਬਾਨ ਤੋਂ ਕਹਿੰਦਾ ਕਿ ਇੱਥੇ ਕਿਹੜਾ ਸਦਾ ਰਹਿਣਾ ਹੈ, ਚਲੇ ਹੀ ਜਾਣਾ। ਦੂਸਰੇ ਪਾਸੇ ਇੰਨੀਆਂ ਜੜ੍ਹਾਂ ਪੱਕੀਆਂ ਕਰਦਾ ਹੈ, ਇੰਨੀਆਂ ਕੋਸ਼ਿਸ਼ਾਂ ਕਰਦਾ ਹੈ, ਇੰਨੇ ਯਤਨ ਕਰਦਾ ਹੈ, ਆਹ ਵੀ ਹਾਸਲ ਹੋ ਜਾਏ, ਉਹ ਵੀ ਮਿਲ ਜਾਏ, ਆਹ ਵੀ ਮਿਲ ਜਾਏ, ਆਹ ਵੀ ਬਣਾ ਲਵਾਂ, ਉਹ ਵੀ ਬਣਾ ਲਵਾਂ, ਬੜਾ ਵੱਡਾ ਵਿਸਥਾਰ ਦੁਨੀਆਂ 'ਚ ਕਰਦਾ ਜਾਂਦਾ ਹੈ। ਦੁਨੀਆਂ ਵਿੱਚ ਵਿਸਥਾਰ ਬਹੁਤ ਕਰਦਾ ਜਾਂਦਾ ਹੈ, ਜ਼ੁਬਾਨ ਤੋਂ ਕਹਿੰਦਾ ਹੈ ਤੂੰ ਤਾਂ ਚਲੇ ਹੀ ਜਾਣਾ, ਪਰ ਜਿਨ੍ਹਾਂ ਨੇ ਜਾਣਿਆ, ਦੇਖੋ ਸਾਧ ਸੰਗਤ ਜੀ ਇੱਕ ਬਹੁਤ ਵੱਡੇ ਪੁਰਾਣੇ ਸਮੇਂ 'ਚ ਮਹਾਰਿਸ਼ੀ ਹੋਏ ਨੇ, ਦੱਤਾਤਰੇ ਕਹਿੰਦੇ ਉਹਨਾਂ ਦੀ ਬਹੁਤ ਵੱਡੀ ਉਮਰ ਸੀ, ਕਈ ਸੌ ਸਾਲਾਂ ਦੀ, ਪਰ ਉਹ ਕੋਈ ਪੱਕਾ ਮਕਾਨ ਨਹੀਂ ਸਨ ਬਣਾਉਂਦੇ। ਉਹਨਾਂ ਦੇ ਅੰਦਰ ਇੱਕ ਖਿਆਲ ਸੀ, ਜੇ ਕੋਈ ਕਹਿੰਦਾ ਸੀ ਕਿ ਤੁਸੀਂ ਪੱਕਾ ਮਕਾਨ ਕਿਉਂ ਨਹੀਂ ਬਣਾਉਂਦੇ, ਇੱਕ ਥਾਂ 'ਤੇ ਰਹਿੰਦੇ ਨੇ, ਉਹ ਕਹਿੰਦੇ ਇੱਥੋਂ ਚਲੇ ਹੀ ਜਾਣਾ। ਇਹ ਉਹਨਾਂ ਦੇ ਖਿਆਲ ਨੇ ਮਹਾਰਿਸ਼ੀਆਂ ਦੇ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਬਾਣੀ 'ਚ ਵੀ ਇਹ ਬਚਨ ਲਿਖਿਆ, ਕਹਿੰਦੇ ਲੱਖ ਵਰ੍ਹਿਆਂ ਦੀ ਆਰਜਾ, ਕਹਿੰਦੇ ਵੇਖੋ ਪਿਛਲੇ ਸਮਿਆਂ 'ਚ ਲੱਖਾਂ ਵਰ੍ਹਿਆਂ ਦੀ ਆਰਜਾ ਉਮਰ ਹੁੰਦੀ ਸੀ, ਕੋਠੇ ਕੋਟ ਨਾ ਮੰਡਪ ਸਾਜੇ, ਕੋਈ ਕੋਠੇ ਕੋਈ ਮੰਡਪ ਮਹਿਲ ਮੁਨਾਰੇ ਨਹੀਂ ਸੀ ਸਾਜਦਾ। ਉਹਨਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਚਲੇ ਜਾਣਾ, ਖਤਮ ਹੋ ਜਾਣਾ, ਇਹ ਕਿਸ ਵਾਸਤੇ। ਪਰ ਮਹਾਰਾਜ ਕਹਿੰਦੇ ਅੱਜ ਦੇ ਸਮੇਂ 'ਚ, ਕਲਯੁੱਗ ਦੇ ਸਮੇਂ 'ਚ ਆਰਜਾ ਬੜੀ ਥੋੜ੍ਹੀ ਹੈ, ਉਮਰ ਬੜੀ ਘੱਟ ਹੈ, ਪਰ ਆਪਣਾ ਵਿਸਥਾਰ ਬੜਾ ਪੱਕਾ ਕਰਦਾ। ਗਹਿਰੀ ਕਰਕੇ ਨੀਂਵ ਖਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ। ਮਹਾਰਿਸ਼ੀ ਮਾਰ ਕੰਡੇ, ਉਸਦੀ ਵੀ ਬਹੁਤ ਹਜ਼ਾਰਾਂ ਸਾਲ ਦੀ ਉਮਰ ਸੀ, ਕਹਿੰਦੇ ਦੇਖੋ ਉਹਦੇ ਨਾਲੋਂ ਵੱਧ ਉਮਰ ਕਿਸ ਦੀ ਹੋਵੇਗੀ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂਲ ਬਿਲਾਈ। ਤ੍ਰਿਣ ਨਾਮ ਕੱਖਾਂ ਦਾ, ਕੱਖਾਂ ਦੀ ਛੱਪਰੀ ਪਾ ਕੇ ਸਾਰਾ ਜੀਵਨ ਬਸਰ ਕਰ ਲਿਆ। ਜੇ ਉਹਨਾਂ ਨੂੰ ਕੋਈ ਕਹਿੰਦਾ ਸੀ ਤੁਸੀਂ ਕੱਖਾਂ ਦੀ ਕੁੱਲੀ 'ਚ ਹੀ ਰਹਿੰਦੇ, ਕੋਈ ਪੱਕਾ ਮਕਾਨ ਬਣਾਓ, ਕਹਿੰਦੇ ਚਲੇ ਹੀ ਜਾਣਾ, ਹਾਲਾਂਕਿ ਹਜ਼ਾਰਾਂ ਵਰ੍ਹਿਆਂ ਦੀ ਉਹਨਾਂ ਦੀ ਉਮਰ ਸੀ। ਸੋ ਇਹ ਇੱਕ ਸੁਭਾਵ ਹੈ। ਤੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਸ ਗੱਲ ਨੂੰ ਆਪਣੇ ਅੰਦਰ ਟਿਕਾ ਲੈ, ਇਸ ਗੱਲ ਨੂੰ ਆਪਣੇ ਅੰਦਰ ਧਾਰਨ ਕਰ ਲੈ ਕਿ ਆਗਿਆ ਸਰ ਪਰ ਜਾਣਾ, ਇਸ ਤੇ ਨਿਸ਼ਚਾ ਬਣਾ, ਜ਼ੁਬਾਨ ਤੋਂ ਨਾ ਕਹਿ, ਨਿਸ਼ਚਾ ਬਣਾ। ਤੁਹਾਰਾ ਕਹਿੰਦੇ ਜਿੰਨੀ ਚੱਲਣ ਜਾਣਿਆ ਸੀ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਸੋ ਜਿੰਨੀ ਜ਼ਰੂਰਤ ਹੈ, ਜਿੰਨੀ ਲੋੜ ਹੈ, ਉਹਨਾਂ ਤਾਂ ਕਰਨਾ ਹੈ ਜਿਸ ਦੀ ਲੋੜ ਹੈ, ਜੋ ਵੀ ਸੰਸਾਰਿਕ ਵਸਤੂਆਂ ਚਾਹੀਦੀਆਂ ਨੇ, ਜੋ ਘਰ ਮਕਾਨ ਚਾਹੀਦਾ, ਇਸ ਤੋਂ ਵਰਜਿਆ ਨਹੀਂ ਹੈ। ਪਰ ਮਹਾਰਾਜ ਕਹਿੰਦੇ ਇਹਦੇ ਵਿੱਚ ਚਿੱਤ ਲਾ ਕੇ ਸਾਰੀ ਜ਼ਿੰਦਗੀ ਵਿਸਥਾਰ ਵਿੱਚ ਹੀ ਨਾ ਲੱਗਾ ਰਹੀ। ਇਸ ਚੀਜ਼ ਨੂੰ ਸਮਝਣਾ ਹੈ ਕਿ ਇਸ ਸੰਸਾਰ ਤੋਂ ਚਲੇ ਜਾਣਾ, ਇਹ ਸਰੀਰ ਜਿਹੜਾ ਹੈ ਇਹ ਨਾਸ਼ਵਾਨ ਹੈ, ਖਿੰਨ ਭੁੰਗਰ ਹੈ, ਥੋੜ੍ਹੇ ਸਮੇਂ ਦਾ ਹੈ। ਇਹ ਭਾਵਨਾ ਜਦੋਂ ਮਨ ਵਿੱਚ ਵਸੀ ਰਹੇਗੀ ਫਿਰ ਕਹਿੰਦੇ ਦੁਨੀਆਂ ਦੇ ਲੋਭ ਲਾਲਚ ਤੋਂ ਬਚ ਜਾਏਗਾ, ਰੱਬ ਦੀ ਬੰਦਗੀ ਵੱਲ ਆਪਣੇ ਆਪ ਹੀ ਖਿਆਲ ਜਾਏਗਾ, ਆਪਣੇ ਆਪ ਧਿਆਨ ਜਾਏਗਾ। ਇਸ ਲਈ ਕਹਿੰਦੇ ਇਸ ਗੱਲ ਨੂੰ ਆਪਣੇ ਅੰਦਰ ਟਿਕਾ ਲੈ, ਆਗਿਆ ਸਰ ਪਰ ਜਾਣਾ। ਸਰ ਪਰ ਨਾਮ ਪੱਕੀ ਗੱਲ, ਨਿਸ਼ਚੇ ਵਾਲੀ।
ਇਹ ਅਸਲੀਅਤ ਹੈ, ਸੱਚ ਹੈ ਕਿ ਸੰਸਾਰ ਨੂੰ ਤਿਆਗ ਕੇ ਇਥੋਂ ਅੱਗੇ ਪਰਲੋਕ ਵਿੱਚ ਸੱਚਮੁੱਚ ਹੀ ਚਲੇ ਜਾਣਾ ਹੈ, ਨਿਸ਼ਚਾ ਹੈ। ਤੋ ਫਿਰ ਫਰਮਾਉਂਦੇ ਨੇ, ਆਗੈ ਸਰ ਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬ ਕੀਜੈ। ਮਹਾਰਾਜ ਕਹਿੰਦੇ ਸੰਸਾਰ ਨੂੰ ਤਿਆਗ ਕੇ ਅੱਗੇ ਪਰਲੋਕ ਵਿੱਚ ਚਲੇ ਜਾਣਾ ਹੈ ਤੇ ਫਿਰ ਗਾਰਬ ਕਿਸ ਗੱਲ ਦਾ ਹੈ, ਹੰਕਾਰ ਕਿਸ ਗੱਲ ਦਾ ਹੈ, ਇਸ ਚੀਜ਼ ਨੂੰ ਸਮਝਦਾ ਕਿਉਂ ਨਹੀਂ ਹੈ। ਜਿਵੇਂ ਪੁਰਾਣੇ ਸਮੇਂ ਚ ਇੱਕ ਬਹੁਤ ਵੱਡਾ ਬਾਦਸ਼ਾਹ ਹੋਇਆ ਸਮਰਕੰਦ, ਬਹੁਤ ਵੱਡੇ ਮਹਿਲਾਂ ਦਾ ਮਾਲਕ ਹੈ। ਉਸ ਬਾਦਸ਼ਾਹ ਦੇ ਰਾਜ ਵਿੱਚ ਇੱਕ ਫਕੀਰ ਹੋਇਆ ਜਿਸਦਾ ਨਾਮ ਹੈ ਬਹਿਲੋਲ। ਕਹਿੰਦੇ ਬਹਿਲੋਲ ਬੜੀ ਬੰਦਗੀ ਵਾਲਾ ਹੈ, ਬੜੀ ਆਤਮਕ ਅਵਸਥਾ ਦਾ ਮਾਲਕ ਹੈ। ਤੇ ਇਸੇ ਤਰ੍ਹਾਂ ਹੀ ਸੰਸਾਰ ਵਿੱਚ ਦੇਸ਼ ਵਿੱਚ ਘੁੰਮਦਾ ਰਹਿੰਦਾ ਹੈ। ਉਸਨੇ ਕੋਈ ਆਪਣਾ ਪੱਕਾ ਘਰ ਨਹੀਂ ਬਣਾਇਆ, ਇਉਂ ਕਹਿੰਦੇ ਘੁੰਮਦਿਆਂ ਘੁੰਮਦਿਆਂ ਇੱਕ ਦਿਨ ਬਾਦਸ਼ਾਹ ਸਮਰਕੰਦ ਦੇ ਮਹਿਲਾਂ ਵਿੱਚ ਆਇਆ। ਰਾਤ ਦਾ ਸਮਾਂ ਹੈ ਤੇ ਬਾਦਸ਼ਾਹ ਦੇ ਜਿਹੜੇ ਸਿਪਾਹੀ ਨੇ ਦਰਵਾਜ਼ੇ ਤੇ ਖੜੇ ਨੇ, ਉਹਨਾਂ ਸਿਪਾਹੀਆਂ ਨੂੰ ਬਹਿਲੋਲ ਫਕੀਰ ਕਹਿੰਦਾ ਹੈ ਕਿ ਕਿਰਪਾ ਕਰਕੇ ਇਸ ਸਰਾਂ ਦੇ ਵਿੱਚ ਮੈਨੂੰ ਅੱਜ ਦੀ ਰਾਤ ਰਹਿਣ ਦੀ ਇਜਾਜ਼ਤ ਦਿੱਤੀ ਜਾਏ। ਬਾਦਸ਼ਾਹ ਦੇ ਸਿਪਾਹੀ ਕਹਿੰਦੇ, ਐ ਸਾਈ, ਇਹ ਕੋਈ ਸਰਾਂ ਨਹੀਂ ਹੈ, ਇਹ ਬਾਦਸ਼ਾਹ ਦਾ ਮਹਿਲ ਹੈ ਤੇ ਬਾਦਸ਼ਾਹ ਨੇ ਸ਼ਹਿਰ ਦੇ ਵਿੱਚ ਬੜੀਆਂ ਸਰਾਵਾਂ ਬਣਾਈਆਂ ਨੇ, ਉੱਥੇ ਜਾ ਕੇ ਤੂੰ ਰਾਤ ਕੱਟ ਲੈ। ਬਹਿਲੋਲ ਫਿਰ ਕਹਿੰਦਾ, ਨਹੀਂ, ਮੈਂ ਇਸ ਸਰਾਂ ਵਿੱਚ ਹੀ ਰਹਿਣਾ ਹੈ। ਸਿਪਾਹੀ ਫਿਰ ਕਹਿੰਦੇ, ਨਹੀਂ ਫਕੀਰ ਜੀ, ਭੁਲੇਖਾ ਲੱਗ ਰਿਹਾ ਤੁਹਾਨੂੰ, ਇਹ ਬਾਦਸ਼ਾਹ ਦਾ ਮਹਿਲ ਹੈ, ਕੋਈ ਸਰਾਂ ਨਹੀਂ ਹੈ। ਬਹਿਲੋਲ ਫਿਰ ਕਹਿੰਦਾ, ਨਹੀਂ ਤੁਹਾਨੂੰ ਭੁਲੇਖਾ ਹੈ, ਤੁਸੀਂ ਨਹੀਂ ਜਾਣਦੇ, ਮੈਂ ਇਸ ਸਰਾਂ ਵਿੱਚ ਇੱਕ ਰਾਤ ਰਹਿਣਾ ਤੇ ਚਲੇ ਜਾਣਾ, ਤੁਸੀਂ ਆਗਿਆ ਕਿਉਂ ਨਹੀਂ ਦਿੰਦੇ। ਕਹਿੰਦੇ ਸਿਪਾਹੀ ਕੁਝ ਤਲਖੀ ਵਿੱਚ ਆ ਗਏ, ਥੋੜਾ ਪਰੇਸ਼ਾਨ ਹੋ ਗਿਆ ਕਿ ਸਮਝਦਾ ਕਿਉਂ ਨਹੀਂ ਇਹ ਸਾਈ ਫਕੀਰ, ਪਾਗਲ ਲੱਗਦਾ। ਹੌਲੀ ਹੌਲੀ ਕਹਿੰਦੇ ਥੋੜਾ ਝਗੜਾ ਵੱਧ ਗਿਆ ਤੇ ਇਹ ਆਵਾਜ਼ ਸੁਣ ਕੇ, ਰੌਲਾ ਸੁਣ ਕੇ ਬਾਦਸ਼ਾਹ ਸਮਰਕੰਦ ਉੱਪਰੋਂ ਖਿੜਕੀ ਖੋਲ ਕੇ ਦੇਖਦਾ ਤੇ ਪੁੱਛਦਾ ਆਪਣੇ ਸਿਪਾਹੀਆਂ ਨੂੰ ਕਿ ਇਹ ਰੌਲਾ ਕੌਣ ਪਾ ਰਿਹਾ, ਕੀ ਗੱਲ ਹੈ। ਉਹਨਾਂ ਨੇ ਕਿਹਾ, ਬਾਦਸ਼ਾਹ ਸਲਾਮਤ, ਇੱਕ ਪਾਗਲ ਫਕੀਰ ਹੈ, ਇਹਨੂੰ ਕਿੰਨੀ ਵਾਰ ਸਮਝਾਇਆ, ਸਮਝਦਾ ਨਹੀਂ ਹੈ। ਇਹ ਵਾਰ ਵਾਰ ਕਹੀ ਜਾ ਰਿਹਾ ਕਿ ਮੈਂ ਇਸ ਸਰਾਂ ਵਿੱਚ ਰਹਿਣਾ ਹੈ, ਇਹਨੂੰ ਕਿੰਨੀ ਵਾਰ ਸਮਝਾਇਆ ਕਿ ਇਹ ਤਾਂ ਬਾਦਸ਼ਾਹ ਜੀ ਦਾ ਮਹਿਲ ਹੈ। ਉਸ ਵੇਲੇ ਬਹਿਲੋਲ ਬਾਦਸ਼ਾਹ ਸਮਰਕੰਦ ਨੂੰ ਵੀ ਕਹਿੰਦਾ ਹੈ ਕਿ ਬਾਦਸ਼ਾਹ ਜੀ, ਤੇਰੀ ਆਗਿਆ ਹੋਵੇ, ਮੈਂ ਤੇਰੀ ਇਸ ਸਰਾਂ ਵਿੱਚ ਇੱਕ ਰਾਤ ਰਹਿਣੀ ਚਾਹੁੰਦਾ ਹਾਂ। ਤੋ ਬਾਦਸ਼ਾਹ ਸਮਰਕੰਦ ਕਹਿੰਦਾ ਹੈ ਕਿ ਸਾਈ ਜੀ, ਇਹ ਕੋਈ ਸਰਾਂ ਨਹੀਂ ਹੈ, ਇਹ ਮੇਰਾ ਮਹਿਲ ਹੈ, ਮੇਰਾ ਘਰ ਹੈ। ਉਸ ਵੇਲੇ ਜੋ ਬਹਿਲੋਲ ਫਕੀਰ ਹੈ, ਬੜਾ ਅਧਿਆਤਮਕਵਾਦੀ ਮਹਾਂਪੁਰਖ ਹੈ, ਸੱਤ ਤੇ ਅਸੱਤ ਨੂੰ ਜਾਣਨ ਵਾਲਾ ਹੈ, ਦੁਨੀਆਂ ਦੇ ਸਰਹੱਸ ਨੂੰ ਉਹਨੇ ਸਮਝਿਆ ਹੋਇਆ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਮਹਾਂਪੁਰਖ ਹੁੰਦੇ ਨੇ, ਬੜੇ ਤਰੀਕੇ ਨਾਲ ਉਪਦੇਸ਼ ਦਿੰਦੇ ਨੇ, ਅੰਮ੍ਰਿਤ ਬਾਣੀ ਦਾ ਬਚਨ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ। ਉਹਨਾਂ ਦਾ ਬੋਲਣਾ ਪ੍ਰਥਾਏ ਦੂਸਰੇ ਵਾਸਤੇ ਹੁੰਦਾ, ਦੂਜੇ ਦੇ ਭਲੇ ਵਾਸਤੇ ਉਹਨਾਂ ਦੇ ਸਾਰੇ ਕੌਤਕ ਹੁੰਦੇ ਨੇ। ਤੋ ਬਹਿਲੋਲ ਕਹਿਣ ਲੱਗਾ, ਠੀਕ ਹੈ, ਮੈਂ ਤੁਹਾਡੀ ਗੱਲ ਮੰਨ ਲੈਂਦਾ, ਪਰ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਕਾਫੀ ਸਮਾਂ ਪਹਿਲਾਂ ਇੱਥੇ ਆਇਆ ਸੀ ਇਸ ਮਹਿਲ ਦੇ ਵਿੱਚ, ਉਸ ਵੇਲੇ ਤੁਹਾਡੀ ਜਗ੍ਹਾ ਇੱਥੇ ਕੋਈ ਹੋਰ ਸੀ, ਉਹ ਕੌਣ ਸੀ? ਬਹੁਤ ਪੁਰਾਣੀ ਗੱਲ ਹੈ, ਕੋਈ ਬਜ਼ੁਰਗ ਆਦਮੀ ਸੀ ਤੁਹਾਡੀ ਜਗ੍ਹਾ। ਬਾਦਸ਼ਾਹ ਕਹਿੰਦਾ, ਜੀ ਉਹ ਮੇਰੇ ਦਾਦਾ ਜੀ ਸਨ। ਕਹਿੰਦੇ, ਅੱਛਾ, ਉਹ ਕਿੱਥੇ ਗਏ? ਕਹਿੰਦੇ, ਉਹਨਾਂ ਦੀ ਫੌਤ ਹੋ ਗਈ, ਉਹ ਸੰਸਾਰ ਤੋਂ ਰੁਖਸਤ ਹੋ ਗਏ ਨੇ, ਚਲੇ ਗਏ ਨੇ।
ਤੋ ਬਹਿਲੋਲ ਕਹਿੰਦਾ ਠੀਕ ਹੈ, ਕਹਿੰਦਾ ਉਸ ਤੋਂ ਬਾਅਦ ਵੀ ਮੈਂ ਇੱਕ ਵਾਰ ਆਇਆ ਸੀ, ਉਦੋਂ ਕੋਈ ਹੋਰ ਸੀ। ਬਾਦਸ਼ਾਹ ਕਹਿੰਦਾ ਜੀ ਉਹ ਮੇਰੇ ਪਿਤਾ ਜੀ ਸਨ। ਬਹਿਲੋਲ ਕਹਿੰਦਾ ਉਹ ਕਿੱਥੇ ਹੈ? ਕਹਿੰਦੇ ਉਹ ਵੀ ਸੰਸਾਰ ਤੋਂ ਚਲੀ ਗਏ। ਤੋ ਬਹਿਲੋਲ ਕਹਿੰਦਾ ਠੀਕ ਹੈ, ਅੱਜ ਤੂੰ ਹੈ, ਤੂੰ ਇਸ ਬਾਦਸ਼ਾਹ ਇਸ ਬਾਦਸ਼ਾਹੀ ਦਾ ਮਾਲਕ ਹੈ, ਇਸ ਮਹਿਲ ਦਾ ਮਾਲਕ ਹੈ, ਅਤੇ ਹੋ ਸਕਦਾ ਹੈ ਜਦੋਂ ਮੈਂ ਫਿਰ ਆਵਾਂ ਤੂੰ ਵੀ ਇੱਥੇ ਨਾ ਹੋਵੇਂ, ਕੋਈ ਹੋਰ ਹੋਵੇ। ਅਤੇ ਬਹਿਲੋਲ ਕਹਿੰਦਾ ਬਾਦਸ਼ਾਹ ਇਸ ਗੱਲ ਨੂੰ ਸਮਝ, ਜਿੱਥੇ ਲੋਕ ਆ ਜਾਣ ਅਤੇ ਚਲੇ ਜਾਣ, ਆਈ ਜਾਣ ਅਤੇ ਤੁਰੇ ਜਾਣ, ਉਹ ਕੋਈ ਪੱਕਾ ਘਰ ਨਹੀਂ ਹੁੰਦਾ, ਕੋਈ ਪੱਕਾ ਟਿਕਾਣਾ ਨਹੀਂ ਹੁੰਦਾ, ਉਸ ਨੂੰ ਸਰਾਂ ਕਹਿੰਦੇ ਨੇ। ਜਿੱਥੇ ਲੋਕ ਆਉਂਦੇ ਜਾਣ ਅਤੇ ਥੋੜ੍ਹਾ ਸਮਾਂ ਕੱਟ ਕੇ ਤੁਰੇ ਜਾਣ, ਇਹ ਕੋਈ ਆਪਣਾ ਪੱਕਾ ਘਰ ਨਹੀਂ ਹੁੰਦਾ, ਆਪਣਾ ਮਹਿਲ ਨਹੀਂ ਹੁੰਦਾ, ਆਪਣਾ ਮਕਾਨ ਨਹੀਂ ਹੁੰਦਾ, ਉਹ ਸਰਾਂ ਹੀ ਹੁੰਦੀ ਹੈ ਜਿੱਥੇ ਲੋਕਾਂ ਦੀ ਆਵਾਜਾਈ ਬਣੀ ਰਹੇ। ਇਹ ਗੱਲ ਸੁਣਦਿਆਂ ਬਾਦਸ਼ਾਹ ਬੜੀ ਛੇਤੀ ਨਾਲ ਥੱਲੇ ਉਤਰਿਆ। ਬਹਿਲੋਲ ਦੇ ਬਚਨਾਂ ਦਾ ਬੜਾ ਅਸਰ ਹੋਇਆ, ਗੱਲ ਸਮਝ ਵਿੱਚ ਆ ਗਈ ਕਿ ਇਸ ਮਹਿਲ ਦੇ ਇਸ ਬਾਦਸ਼ਾਹੀ ਦੇ ਇਸ ਤਖ਼ਤ ਦੇ ਪਤਾ ਨਹੀਂ ਕਿੰਨੇ ਕੁ ਮਾਲਕ ਆਏ ਅਤੇ ਚਲੇ ਗਏ, ਮੈਂ ਵੀ ਚਲੇ ਜਾਣਾ। ਇਹ ਫਕੀਰ ਸੱਚ ਕਹਿ ਰਿਹਾ। ਬਾਬਾ ਫਰੀਦ ਸਾਹਿਬ ਜੀ ਦਾ ਅੰਮ੍ਰਿਤ ਬਚਨ ਵੀ ਹੈ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਸੋ ਇਸ ਪ੍ਰਕਾਰ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਸੰਸਾਰ ਵਿੱਚ ਭਾਈ ਜਿਉਂ ਮਹਿਮਾਨਾ, ਮਹਿਮਾਨ ਆਪਾਂ ਸਮਝਦੇ ਹਾਂ ਜਿਹੜਾ ਮਹਿਮਾਨ ਆਉਂਦਾ ਘਰ ਦੇ ਵਿੱਚ, ਰਿਸ਼ਤੇਦਾਰ ਆਉਂਦਾ, ਕੋਈ ਪ੍ਰਾਹੁਣਾ ਆਉਂਦਾ, ਆਪਾਂ ਨੂੰ ਪਤਾ ਹੁੰਦਾ ਕਿ ਇਹਨੇ ਇੱਕ ਰਾਤ ਦੋ ਰਾਤ ਦੋ ਚਾਰ ਦਿਨ ਥੋੜ੍ਹਾ ਸਮਾਂ ਰਹਿਣਾ ਅਤੇ ਚਲੇ ਜਾਣਾ, ਮਹਿਮਾਨ ਹੈ, ਇਹਨੇ ਇੱਥੇ ਪੱਕਾ ਨਹੀਂ ਰਹਿਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਜੇ ਇਸ ਰਮਜ਼ ਨੂੰ ਸਮਝ ਲੈ ਨਾ ਕਿ ਸੰਸਾਰ ਵਿੱਚ ਮੈਂ ਵੀ ਮਹਿਮਾਨ ਹਾਂ, ਇਸ ਸਰੀਰ ਵਿੱਚ ਮੇਰਾ ਜੀਵਾਤਮਾ ਵੀ ਇੱਕ ਮਹਿਮਾਨ ਹੈ, ਥੋੜ੍ਹਾ ਹੀ ਸਮਾਂ ਬਸ ਚਲੇ ਜਾਣਾ। ਮਹਾਰਾਜ ਕਹਿੰਦੇ ਫਿਰ ਕਦੇ ਦਾਵਾ ਨਹੀਂ ਕਰੇਗਾ, ਕਦੇ ਨਹੀਂ ਕਹੇਗਾ ਹਮਰੀ ਭੂਮ ਕੌਣ ਘਾਲੇ ਪੈਰ, ਮੇਰੀ ਜ਼ਮੀਨ ਵਿੱਚੋਂ ਕੌਣ ਲੰਘ ਸਕਦਾ, ਇਹ ਮੇਰੀ ਹੈ, ਮੇਰੇ ਘਰ ਵਿੱਚ ਕੌਣ ਪੈਰ ਪਾ ਸਕਦਾ, ਇਹ ਮੇਰਾ ਹੈ। ਫਿਰ ਕਹਿੰਦੇ ਦਾਵੇ ਨਹੀਂ ਕਰੇਗਾ, ਫਿਰ ਝਗੜਾ ਨਹੀਂ ਕਰੇਗਾ, ਫਿਰ ਦੁਨਿਆਵੀ ਪਦਾਰਥਾਂ ਦੀ ਖਾਤਿਰ ਕਿਸੇ ਦਾ ਕਤਲ ਨਹੀਂ ਕਰੇਗਾ, ਕਿਸੇ ਨਾਲ ਬੇਈਮਾਨੀ ਨਹੀਂ ਕਰੇਗਾ, ਠੱਗੀ ਨਹੀਂ ਕਰੇਗਾ, ਜਦੋਂ ਇਸ ਗੱਲ ਨੂੰ ਸਮਝ ਲਏਗਾ ਕਿ ਸੱਚਮੁੱਚ ਹੀ ਮੈਂ ਤਾਂ ਮਹਿਮਾਨ ਹਾਂ, ਮੈਂ ਤਾਂ ਮੁਸਾਫਿਰ ਹਾਂ। ਇਹ ਚੀਜ਼ ਸਮਝਾ ਰਹੇ ਨੇ। ਕਹਿੰਦੇ ਜਦੋਂ ਇਹ ਚੀਜ਼ ਮਨੁੱਖ ਦੇ ਅੰਦਰ ਵਸ ਜਾਏ ਜ਼ਿੰਦਗੀ ਬੜੀ ਸਹਿਲੀ ਹੋ ਜਾਂਦੀ ਹੈ, ਜੀਵਨ ਬੜਾ ਪਵਿੱਤਰ ਹੋ ਜਾਂਦਾ ਹੈ, ਬੜਾ ਪਾਵਨ ਹੋ ਜਾਂਦਾ ਹੈ ਜਦੋਂ ਇਸ ਗੱਲ ਨੂੰ ਸਮਝ ਲਈਏ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਗਿਆ ਸਰਪਰ ਜਾਣਾ ਇਸ ਸੰਸਾਰ ਤੋਂ ਪਰਲੋਕ ਵਿੱਚ, ਅੱਗੇ ਸਰਪਰ ਨਿਸ਼ਚੇ ਨਾਲ ਚਲੇ ਜਾਣਾ ਹੈ। ਔਰ ਇਹ ਜੀਵਨ ਇਉਂ ਹੈ ਜਿਵੇਂ ਜਿਉਂ ਮਹਿਮਾਨਾ ਮਹਿਮਾਨ ਹੁੰਦਾ ਹੈ। ਇਸ ਲਈ ਕਹਿੰਦੇ ਕਾਹੇ ਗਰਬ ਕੀਜੈ ਭਾਈ ਕਿਸ ਗੱਲ ਦਾ ਹੰਕਾਰ ਕਰਦਾ ਹੈ, ਜਿੱਤ ਸੇਵੇ ਹੈ ਦਰਗਹਿ ਸੁਖ ਪਾਈ ਹੈ, ਨਾਮ ਤਿਸੈ ਕਾ ਲੀਜੈ। ਕਹਿੰਦੇ ਜਿਸ ਦੀ ਸੇਵਾ ਕਰਕੇ, ਸੇਵਾ ਦਾ ਅਰਥ ਸਾਧ ਸੰਗਤ ਜੀ ਮੁੱਠੀ ਚਾਪੀ ਕਰਨਾ ਵੀ ਹੁੰਦਾ, ਸੇਵਾ ਦਾ ਅਰਥ ਆਪਣੇ ਹਿਰਦੇ ਚ ਧਾਰਨ ਕਰਨਾ ਵੀ ਹੁੰਦਾ, ਔਰ ਸੇਵਾ ਦਾ ਅਰਥ ਸਿਮਰਨ ਵੀ ਹੁੰਦਾ ਹੈ। ਇਉਂ ਕਹਿੰਦੇ ਜਿਸਨੇ ਸਤਿਗੁਰੂ ਦੀ ਸਿੱਖਿਆ ਲੈ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਅੰਦਰ ਧਾਰਨ ਕੀਤਾ, ਆਪਣੇ ਜੀਵਨ ਵਿੱਚ ਸੇਵਿਆ ਹੈ, ਸਿਮਰਿਆ ਹੈ, ਦਰਗਹਿ ਸੁੱਖ ਪਾਈ ਹੈ, ਇਉਂ ਕਰਨ ਨਾਲ ਮਹਾਰਾਜ ਕਹਿੰਦੇ ਪਰਮਾਤਮਾ ਦੀ ਦਰਗਾਹ ਵਿੱਚ ਸੁੱਖ ਪਾਈਦਾ ਹੈ, ਔਰ ਇਹ ਮਨੁੱਖਾ ਜੀਵਨ ਵੀ ਸਫਲ ਹੁੰਦਾ ਹੈ। ਇਸ ਕਰਕੇ ਕਹਿੰਦੇ ਨਾਮ ਤਿਸੈ ਕਾ ਲੀਜੈ, ਉਸ ਮਾਲਕ ਵਾਹਿਗੁਰੂ ਦਾ ਹੀ ਨਾਮ ਲੈਣਾ ਚਾਹੀਦਾ ਹੈ। ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਇਸ ਲਈ ਮਹਾਰਾਜ ਕਹਿੰਦੇ ਭਾਈ ਹਉਮੈ ਨਾ ਕਰ, ਅਹੰਕਾਰ ਨਾ ਕਰ। ਇਹ ਗੱਲ ਵੱਖਰੀ ਹੈ ਕਿ ਦੁਨੀਆਂ ਦੇ ਵਿੱਚ ਸੰਸਾਰ ਵਿੱਚ ਤੇਰੇ ਪੂਰਬਲੇ ਕਰਮਾਂ ਦੇ ਮੁਤਾਬਕ
ਕੋਈ ਪੁੰਨ ਕਰਮਾਂ ਦਾ ਫਲ ਤੈਨੂੰ ਮਿਲਿਆ ਹੈ ਇਸ ਸੰਸਾਰ ਵਿੱਚ, ਤੈਨੂੰ ਕੋਈ ਰਾਜ ਭਾਗ ਮਿਲ ਗਿਆ, ਕੋਈ ਉੱਚਾ ਅਹੁਦਾ ਮਿਲ ਗਿਆ, ਕੋਈ ਪਦਵੀ ਮਿਲ ਗਈ ਹੈ, ਠੀਕ ਹੈ, ਪਰ ਕਿਸੇ ਮਜ਼ਲੂਮ ਨਾਲ, ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ, ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰਨੀ, ਕਿਉਂਕਿ ਇਹ ਜਿਹੜਾ ਕਾਨੂੰਨ ਹੈ, ਇਹ ਜਿਹੜਾ ਨਿਯਮ ਹੈ, ਇਹ ਸੰਸਾਰ ਵਿੱਚ ਤਾਂ ਚੱਲ ਸਕਦਾ ਹੈ, ਪਰਮਾਤਮਾ ਦੇ ਦਰ ਤੇ ਇਹ ਚੀਜ਼ ਨਹੀਂ ਚੱਲਦੀ। ਇਸ ਕਰਕੇ ਸਪਸ਼ਟ ਕਿਹਾ ਹੈ, ਆਗੈ ਹੁਕਮ ਨਾ ਚੱਲੇ ਮੂਲੇ, ਐ ਮੂਲੇ, ਐ ਅਣਜਾਣ, ਐ ਭੁੱਲੇ ਹੋਏ ਵਿਅਕਤੀ, ਉਸ ਪਰਮਾਤਮਾ ਦੇ ਦਰ ਤੇ ਤੇਰਾ ਕੋਈ ਹੁਕਮ ਨਹੀਂ ਚੱਲੇਗਾ। ਇਸ ਭੁਲੇਖੇ ਚ ਨਾ ਰਹੀ ਕਿ ਇੱਥੇ ਮੇਰਾ ਬੜਾ ਹੁਕਮ ਚੱਲਦਾ ਹੈ ਤੇ ਅੱਗੇ ਮੈਨੂੰ ਕੌਣ ਪੁੱਛੇਗਾ। ਕਹਿੰਦੇ ਨਹੀਂ, ਆਗੈ ਹੁਕਮ ਨਾ ਚੱਲੇ ਮੂਲੇ, ਅੱਗੇ ਹੁਕਮ ਨਹੀਂ ਚੱਲੇਗਾ, ਅੱਗੇ ਤੇਰੀ ਧੱਕੇਸ਼ਾਹੀ ਨਹੀਂ ਚੱਲੇਗੀ, ਕਿਉਂਕਿ ਉਹ ਮਾਲਕ ਵਾਹਿਗੁਰੂ ਡਾਢਾ ਹੈ, ਉਸਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ। ਜਿਸ ਠਾਕੁਰ ਸਿਉ ਨਾ ਹੀ ਚਾਰਾ, ਤਾਕੋ ਕੀਜਾ ਸਦ ਨਮਸਕਾਰ। ਇਸ ਲਈ ਕਹਿੰਦੇ ਸਮਝਣ ਦਾ ਯਤਨ ਕਰ। ਔਰ ਮਹਾਰਾਜ ਕਹਿੰਦੇ ਇੱਕ ਚੀਜ਼ ਹੋਰ ਦੱਸਦੇ ਹਾਂ, ਸਿਰ ਸਿਰ ਕਿਆ ਵਿਹਾਣਾ, ਕਹਿੰਦੇ ਇਸ ਬੰਦੇ ਦੇ ਸਿਰ ਤੇ ਕੀ ਵਿਹਾਣਾ, ਕੀ ਬੀਤਦਾ ਹੈ, ਇਹ ਤਾਂ ਉੱਥੇ ਪਰਲੋਕ ਵਿੱਚ ਹੀ ਜਾ ਕੇ ਪਤਾ ਲੱਗਦਾ ਹੈ। ਇਸ ਕਰਕੇ ਇੱਥੇ ਤਾਂ ਕਹਿ ਦਿੰਦਾ ਹੈ ਕਿ ਇਹ ਜੱਗ ਮਿੱਠਾ, ਅਗਲਾ ਕਹਿੰਦਾ ਡਿੱਠਾ, ਪਰਲੋਕ ਤਾਂ ਐਵੇਂ ਗੱਲਾਂ ਬਣੀਆਂ ਨੇ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਉੱਥੇ ਕੀ ਸਿਰ ਤੇ ਵਿਹਾਣਾ, ਕੀ ਬੀਤਦਾ ਹੈ, ਇਹ ਤਾਂ ਫਿਰ ਉਹ ਆਪ ਹੀ ਜਾਣਦਾ ਹੈ। ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਇਸ ਕਰਕੇ ਮਹਾਰਾਜ ਕਹਿੰਦੇ ਹੇ ਮੇਰੇ ਭਾਈ ਜਨੋ, ਐ ਸਤਸੰਗੀ ਜਨੋ, ਉਸ ਸਾਹਿਬ ਮਾਲਕ ਵਾਹਿਗੁਰੂ ਨੂੰ ਸਿਮਰੋ, ਕਿਉਂਕਿ ਸਭਨਾ ਨੇ, ਸਾਰਿਆਂ ਨੇ ਇਸ ਸੰਸਾਰ ਵਿੱਚੋਂ ਕੂਚ ਕਰਨਾ ਹੈ, ਸਾਰਿਆਂ ਨੇ ਚਲੇ ਜਾਣਾ ਹੈ। ਇਸ ਕਰਕੇ ਇਸ ਅਸਲੀਅਤ ਨੂੰ ਆਪਣੇ ਮਨ ਵਿੱਚ ਸਮਝ ਕੇ ਉਸ ਵਾਹਿਗੁਰੂ ਪਰਮਾਤਮਾ ਦੇ ਚਿੰਤਨ ਵਿੱਚ ਜੁੜਨ ਦਾ ਯਤਨ ਕਰੋ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦਾ ਇਹ ਤੀਸਰਾ ਪਦਾ ਆਰੰਭ ਕਰਦਿਆਂ ਹੋਇਆਂ ਫਰਮਾਉਂਦੇ ਨੇ ਕਿ ਜੋ ਉਸ ਸਮਰੱਥ ਮਾਲਕ ਵਾਹਿਗੁਰੂ ਨੂੰ ਭਾਉਂਦਾ ਹੈ, ਜੋ ਤਿਸ ਭਾਵੈ ਸਮਰੱਥ, ਉਸ ਸਮਰੱਥ ਵਾਹਿਗੁਰੂ ਨੂੰ ਜੋ ਭਾਉਂਦਾ ਹੈ, ਜੋ ਚੰਗਾ ਲੱਗਦਾ ਹੈ, ਸੋ ਥੀਐ, ਥੀਐ ਦਾ ਮਤਲਬ ਹੋਣਾ, ਕਹਿੰਦੇ ਸੋ ਥੀਐ, ਸੋ ਮੈਂ ਉਹੀ, ਕਹਿੰਦੇ ਉਹੀ ਕੁਝ ਹੁੰਦਾ ਹੈ, ਉਹੀ ਕੁਝ ਸੰਸਾਰ ਵਿੱਚ ਹੋਇਆ ਹੈ, ਉਹੀ ਸੰਸਾਰ ਵਿੱਚ ਹੋਵੇਗਾ ਜੋ ਉਸ ਮਾਲਕ ਨੂੰ ਭਾਉਂਦਾ ਹੈ। ਇੱਥੇ ਕਿਸੇ ਹੋਰ ਜੀਵ ਦਾ ਕੋਈ ਵੱਸ ਨਹੀਂ ਹੈ। ਇਹ ਜੀਵ ਜਿੰਨਾ ਮਰਜ਼ੀ ਕਹਿੰਦਾ ਰਹੇ ਜੀ ਆਹ ਨਹੀਂ ਸੀ ਹੋਣਾ ਚਾਹੀਦਾ, ਆਹ ਬੜਾ ਮਾੜਾ ਹੋਇਆ, ਆਹ ਬੜਾ ਭੈੜਾ ਹੋਇਆ, ਇਉਂ ਨਹੀਂ ਸੀ ਹੋਣਾ ਚਾਹੀਦਾ, ਰੱਬ ਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ, ਮਹਾਰਾਜ ਕਹਿੰਦੇ ਭਾਈ ਨਹੀਂ, ਜੋ ਤਿਸ ਭਾਵੈ ਸਮਰੱਥ, ਜੋ ਉਸ ਸਮਰੱਥ ਨੂੰ ਪਾਉਂਦਾ ਉਹੀ ਹੋਵੇਗਾ। ਤੂੰ ਆਪਣੇ ਆਪ ਨੂੰ ਉਸਦੀ ਰਜ਼ਾ ਵਿੱਚ ਢਾਲਣ ਦਾ ਯਤਨ ਕਰ। ਹੀਲੜਾ ਇਹੋ ਸੰਸਾਰੋ, ਇਹ ਸੰਸਾਰ ਤਾਂ ਉਸਦਾ ਇੱਕ ਬਹਾਨਾ ਹੈ। ਸੰਸਾਰ ਵਿੱਚ ਜੋ ਹੋ ਰਿਹਾ ਹੈ, ਜੋ ਜੀਵ ਕਰ ਰਹੇ ਨੇ, ਇਹ ਤਾਂ ਇੱਕ ਹੀਲੜਾ ਹੈ, ਇੱਕ ਬਹਾਨਾ ਹੈ। ਵਾਸਤਵਿਕ ਵਿੱਚ ਉਹੀ ਹੁੰਦਾ ਹੈ ਜੋ ਉਸ ਮਾਲਕ ਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ। ਜਲ ਥਲ ਮਹੀ ਅਲ ਰਵ ਰਹੇ ਆ, ਸਾਚੜਾ ਸਿਰਜਣ ਹਾਰੋ। ਕਹਿੰਦੇ ਉਹ ਜੋ ਸੱਚਾ ਮਾਲਕ ਵਾਹਿਗੁਰੂ ਸਿਰਜਣ ਹਾਰ ਹੈ, ਪੈਦਾ ਕਰਨ ਵਾਲਾ ਹੈ, ਸਿਰਜਣਾ ਕਰਨ ਵਾਲਾ ਹੈ, ਉਹ ਜਲ ਵਿੱਚ ਤੇ ਥਲ ਵਿੱਚ ਅਤੇ ਮਹੀ ਅਲ, ਮਹੀ ਨਾਮ ਧਰਤੀ ਦਾ, ਅਲ ਨਾਮ ਆਕਾਸ਼ ਦਾ, ਜਲ ਨਾਮ ਪਾਣੀ ਵਾਲਾ ਥਾਂ ਤੇ ਥਲ ਨਾਮ ਖੁਸ਼ਕ ਥਾਂ, ਕਹਿੰਦੇ ਸਭ ਥਾਵਾਂ ਤੇ ਵਿਆਪਕ ਹੈ।
ਕਲਗੀਧਰ ਮਹਾਰਾਜ ਜੀਆਂ ਦਾ ਅੰਮ੍ਰਿਤ ਬਚਨ ਹੈ ਅਕਾਲ ਉਸਤਤ ਬਾਣੀ ਚ ਜਲੇ ਹਰੀ ਥਲੇ ਹਰੀ ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਭੇ ਹਰੀ ਈਹਾ ਹਰੀ ਊਹਾ ਹਰੀ ਜ਼ਿਮੀ ਹਰੀ ਜ਼ਮਾ ਹਰੀ ਮੱਕੀ ਹਰੀ ਮਕਾਂ ਹਰੀ। ਕਹਿੰਦੇ ਹਵਾ ਦੇ ਵਿੱਚ ਵੀ ਉਹ ਹਾਜ਼ਰ ਹੈ, ਪਾਣੀ ਵਿੱਚ ਮੌਜੂਦ ਹੈ, ਖੁਸ਼ਕ ਥਾਂ ਤੇ ਬਰੇਤੇ ਵਿੱਚ ਵੀ ਵਿਆਪਕ ਹੈ, ਧਰਤੀ ਤੇ ਹਾਜ਼ਰ ਹੈ, ਆਕਾਸ਼ ਵਿੱਚ ਸਰਬ ਵਿਆਪਕ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਹੈ। ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਆਰਾਮ ਬਿਨਾਂ ਕੋ ਬੋਲੇ ਰਹੀ, ਉਸ ਤੋਂ ਬਿਨਾਂ ਕੌਣ ਹੈ, ਸਭ ਪਾਸੇ ਉਹੀ ਹੈ। ਇਸ ਲਈ ਕਹਿੰਦੇ ਨੇ ਜਲ ਥਲ ਮਹੀਲ ਰਵ ਰਹੀਆ, ਜਲਾਂ ਵਿੱਚ ਥਲਾਂ ਵਿੱਚ ਆਕਾਸ਼ ਵਿੱਚ ਧਰਤੀ ਵਿੱਚ ਰਵਿਆ ਹੋਇਆ ਵਿਆਪਕ ਹੈ, ਸੱਚਾ ਤੇ ਸਿਰਜਣਹਾਰ ਹੈ। ਸਾਚਾ ਸਿਰਜਣਹਾਰੋ ਅਲੱਖ ਅਪਾਰੋ ਤਾ ਕਾ ਅੰਤ ਨਾ ਪਾਇਆ। ਉਹ ਸੱਚਾ ਹੈ, ਸਿਰਜਣਹਾਰ ਹੈ, ਅਲੱਖ ਹੈ। ਲੱਖ ਦਾ ਮਤਲਬ ਹੁੰਦਾ ਜਾਣਨਾ ਤੇ ਅਲੱਖ ਕਹਿੰਦੇ ਜੋ ਜਾਣਿਆ ਨਾ ਜਾਏ, ਉਸਨੂੰ ਸੰਪੂਰਨ ਤੌਰ ਤੇ ਨਹੀਂ ਜਾਣਿਆ ਜਾ ਸਕਦਾ। ਕੋਈ ਇਹ ਨਹੀਂ ਕਹਿ ਸਕਦਾ ਮੈਂ ਰੱਬ ਨੂੰ ਜਾਣ ਲਿਆ। ਜਿਵੇਂ ਆਪਾਂ ਕਿਸੇ ਵਿਅਕਤੀ ਨੂੰ ਕਈ ਵਾਰੀ ਕਹਿੰਦੇ ਹਾਂ ਨਾ ਮੈਂ ਤੈਨੂੰ ਜਾਣਦਾ, ਇਹਦਾ ਭਾਵ ਹੁੰਦਾ ਹੈ ਕਿ ਤੇਰੇ ਚ ਕਿੰਨੀ ਕੁ ਤਾਕਤ ਹੈ, ਕਿੰਨੀ ਕੁ ਸ਼ਕਤੀ ਹੈ, ਤੂੰ ਕਿੱਥੋਂ ਕੁ ਤੱਕ ਹੈ, ਮੈਨੂੰ ਸਭ ਪਤਾ ਹੈ, ਮੈਂ ਤੇਰੇ ਨਾਲੋਂ ਵੱਧ ਹੀ ਆਇਆ ਕਿ ਇਸ ਕਰਕੇ ਕਹੀਦਾ ਮੈਂ ਤੈਨੂੰ ਜਾਣਦਾ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਕੋਈ ਇਹ ਨਹੀਂ ਕਹਿ ਸਕਦਾ ਮੈਂ ਤੈਨੂੰ ਜਾਣਦਾ, ਸੰਪੂਰਨ ਤੌਰ ਤੇ ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹਨੂੰ ਸਮਝਿਆ ਨਹੀਂ ਜਾ ਸਕਦਾ। ਇਸ ਕਰਕੇ ਉਹ ਅਲੱਖ ਹੈ, ਲੱਖਣ ਤੋਂ ਪਰੇ ਹੈ, ਬੁੱਧੀ ਤੋਂ ਪਰੇ ਹੈ, ਸਮਝ ਤੋਂ ਪਰੇ ਹੈ। ਫਿਰ ਕਹਿੰਦੇ ਅਪਾਰੋ, ਉਹਦਾ ਪਾਰਾਵਾਰ ਨਹੀਂ ਹੈ, ਉਹਦਾ ਅੰਤ ਨਹੀਂ ਹੈ, ਉਹਦੀ ਕੋਈ ਸੀਮਾ ਨਹੀਂ, ਕੋਈ ਹੱਦ ਬੰਨਾ ਨਹੀਂ, ਐਸਾ ਅਪਾਰ ਪਾਰਾਵਾਰ ਤੋਂ ਰਹਿਤ ਹੈ। ਇਸ ਲਈ ਕਹਿੰਦੇ ਤਾ ਕਾ ਤਿਸ ਮਾਲਕ ਵਾਹਿਗੁਰੂ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਹੈ। ਆਇਆ ਤਿੰਨ ਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਬਸ ਕਹਿੰਦੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੋਇਆ ਜਿਨ੍ਹਾਂ ਨੇ ਆਪਣੀ ਹਉਮੈ ਹੰਕਾਰ ਬਿਰਤੀ ਨੂੰ ਤਿਆਗ ਕੇ ਬੜੀ ਭਾਵਨਾ ਨਾਲ, ਬੜੇ ਪ੍ਰੇਮ ਨਾਲ ਸਤਿਗੁਰੂ ਦੀ ਸ਼ਰਨ ਲਈ, ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਨਾਲ, ਗੁਰੂ ਦੀ ਮਰਿਆਦਾ ਨਾਲ, ਗੁਰੂ ਦੀ ਸਿੱਖੀ ਸਿੱਖਿਆ ਨਾਲ ਆਪਣਾ ਚਿੱਤ ਜੋੜਿਆ ਔਰ ਸਤਿਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਿਆਂ ਉਸ ਵਾਹਿਗੁਰੂ ਪਰਮਾਤਮਾ ਨੂੰ ਜਪਿਆ ਹੈ, ਸਿਮਰਿਆ ਹੈ, ਕਹਿੰਦੇ ਉਹਨਾਂ ਦਾ ਜੀਵਨ ਸਫਲ ਹੈ। ਆਇਆ ਤਿਨਕਾ ਸਫਲ ਪਿਆ ਹੈ, ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੋਇਆ ਹੈ। ਇੱਕ ਮਨ ਜਿਨੀ ਧਿਆਇਆ, ਧਿਆਉਣ ਦਾ ਅਰਥ ਕੀ ਹੈ, ਬਾਰ ਬਾਰ ਚੇਤੇ ਕਰਨਾ, ਬਾਰ ਬਾਰ ਜਪਣਾ, ਬਾਰ ਬਾਰ ਉਚਾਰਨਾ। ਅੱਜ ਦੇ ਸਮੇਂ ਚ ਕੁਝ ਨਾਸਤਿਕਤਾ ਇਸ ਤਰ੍ਹਾਂ ਦੀ ਵੀ ਫੈਲ ਚੁੱਕੀ ਹੈ ਕਿ ਸਾਡੇ ਕੰਨੀ ਇਹ ਵੀ ਆਵਾਜ਼ ਪੈਂਦੀ ਹੈ ਕਿ ਸਿਮਰਨ ਨਹੀਂ ਕਰਨਾ ਚਾਹੀਦਾ, ਵਾਹਿਗੁਰੂ ਵਾਹਿਗੁਰੂ ਜਾਂ ਗੁਰਮੰਤਰ ਦਾ ਜਾਪ, ਬਾਣੀ ਦਾ ਜਾਪ, ਬਾਣੀ ਦਾ ਅਭਿਆਸ ਕਹਿੰਦੇ ਰੋਜ਼ ਰੋਜ਼ ਕਰਨ ਦੀ ਲੋੜ ਨਹੀਂ ਹੈ। ਇੱਕ ਵਾਰੀ ਜਪਜੀ ਸਾਹਿਬ ਪੜ੍ਹ ਲਓ ਤੇ ਉਹਨੂੰ ਸਮਝ ਲਓ ਕੀ ਲਿਖਿਆ। ਤੋ ਸਤਸੰਗਤ ਜੀ, ਸਤਿਗੁਰਾਂ ਦੀ ਬਾਣੀ ਦੀ ਸਮਝ ਵੀ ਬਾਣੀ ਦੇ ਅਭਿਆਸ ਦੁਆਰਾ ਆਉਂਦੀ ਹੈ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀਆਂ ਨੂੰ ਸੰਗਤਾਂ ਨੇ ਪੁੱਛਿਆ ਸੀ, ਮਹਾਰਾਜ ਜਦੋਂ ਬਾਣੀ ਹਿਰਦੇ ਚ ਵਸ ਜਾਂਦੀ ਹੈ, ਜਦੋਂ ਮਨ ਜਾਗ ਜਾਂਦਾ ਹੈ, ਇਸ ਦੀ ਨਿਸ਼ਾਨੀ ਕੀ ਹੈ? ਤੋ ਹਜ਼ੂਰ ਨੇ ਫਰਮਾਇਆ, ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰੇ ਲਾਗੇ ਔਰ ਸਤਿਗੁਰ ਬਾਣੀ। ਕਹਿੰਦੇ ਮਨ ਦੇ ਜਾਗਣ ਦੀ ਨਿਸ਼ਾਨੀ ਇਹੀ ਹੈ ਕਿ ਸਤਿਗੁਰੂ ਦੀ ਬਾਣੀ ਇੰਨੀ ਪਿਆਰੀ ਲੱਗਦੀ ਹੈ ਨਾ, ਫਿਰ ਇਹਦਾ ਮਨ ਅੱਕਦਾ ਨਹੀਂ, ਸਰੀਰ ਥੱਕਦਾ ਨਹੀਂ ਹੈ। ਇਹ ਕਹਿੰਦਾ ਜੇ ਮੈਂ ਬਾਣੀ ਸੁਣ ਰਿਹਾ ਤੇ ਹੁਣ ਸੁਣੀ ਜਾਵਾਂ, ਜੇ ਮੈਂ ਬਾਣੀ ਪੜ੍ਹਦਾ ਹਾਂ ਤਾਂ ਪੜ੍ਹੀ ਜਾਵਾਂ ਬਾਰ ਬਾਰ। ਇਸ ਤਰ੍ਹਾਂ ਦੀ ਸਤਸੰਗਤ ਜੀ ਇਹ ਭਾਵਨਾ ਹੈ।
ਸੇਵਕ ਦੀ ਔਰ ਸਿੱਖ ਦੀ ਜਿਸ ਦਾ ਜੀਵਨ ਸਫਲ ਹੁੰਦਾ ਹੈ, ਜਿਸ ਨੂੰ ਸਤਿਗੁਰੂ ਦੇ ਦਰੋਂ ਘਰੋਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਇਸ ਕਰਕੇ ਇਹ ਵਹਿਮ ਨਹੀਂ ਕਰਨਾ, ਭਰਮ ਨਹੀਂ ਕਰਨਾ ਕਿ ਬਹੁਤੀ ਬਾਣੀ ਨਹੀਂ ਪੜ੍ਹਨੀ। ਗੁਰੂ ਕੇ ਸਿੱਖਾਂ ਦਾ ਜੀਵਨ ਸਾਨੂੰ ਇਤਿਹਾਸ ਵਿੱਚੋਂ ਮਿਲਦਾ ਹੈ। ਸਿੱਖ ਪੰਥ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ, ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਮਿਲਦਾ ਹੈ ਕਿ ਕਰੀਬਨ 85 ਜਪਜੀ ਸਾਹਿਬ ਦੇ ਪਾਠ ਹਰ ਰੋਜ਼ ਉਹ ਕਰਦੇ ਸਨ। ਇੰਨਾ ਜਪ, ਇੰਨਾ ਸਿਮਰਨ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਵਾਰ ਵਾਰ ਜਪਜੀ ਸਾਹਿਬ ਪੜ੍ਹਨ ਦਾ ਕੀ ਫਾਇਦਾ ਹੈ। ਇਹ ਤਾਂ ਕਰਮ ਕਾਂਡ ਹੈ ਜਾਂ ਇਹ ਤਾਂ ਜੰਤਰ ਮੰਤਰ ਹੈ, ਇਹ ਤਾਂ ਬ੍ਰਾਹਮਣਵਾਦ ਹੈ ਜਾਂ ਪਖੰਡ ਹੈ, ਉਹ ਨਹੀਂ ਸੀ ਜਾਣਦੇ। ਸੋ ਸਾਧ ਸੰਗਤ ਜੀ, ਇਹ ਆਪਾਂ ਤਜੁਰਬਾ ਵੀ ਕਰਕੇ ਦੇਖ ਸਕਦੇ ਹਾਂ, ਜਿਵੇਂ ਜਿਵੇਂ ਬਾਣੀ ਪੜ੍ਹਾਂਗੇ ਉਵੇਂ ਉਵੇਂ ਮਨ ਦਾ ਟਿਕਾਓ ਬਣੇਗਾ, ਇਹ ਮਨ ਦਾ ਜਿਹੜਾ ਖਿੰਡਾਓ ਹੈ ਖਤਮ ਹੋਵੇਗਾ, ਸਹਿਜ ਸਹਿਜ ਰਸ ਆਵੇਗਾ, ਆਨੰਦ ਆਵੇਗਾ। ਫਿਰ ਤਾਂ ਕੋਈ ਸਾਨੂੰ ਹਟਾਵੇਗਾ, ਅਸੀਂ ਤਾਂ ਵੀ ਨਹੀਂ ਹਟਾਂਗੇ, ਇੰਨਾ ਰਸ ਆਏਗਾ, ਆਨੰਦ ਆਏਗਾ। ਸੋ ਇਹ ਸਾਰੀਆਂ ਬਖਸ਼ਿਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅੰਮ੍ਰਿਤ ਬਾਣੀ ਦੇ ਅਭਿਆਸ ਦੁਆਰਾ ਹੀ ਸਾਨੂੰ ਪ੍ਰਾਪਤ ਹੁੰਦੀਆਂ ਨੇ। ਸੋ ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ, ਇੱਕ ਮਨ ਹੋ ਕੇ ਜਿਨ੍ਹਾਂ ਨੇ ਧਿਆਇਆ ਹੈ, ਅਰਾਧਿਆ ਹੈ, ਸਿਮਰਿਆ ਹੈ, ਜਪਿਆ ਹੈ, ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੈ। ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਕਹਿੰਦੇ ਉਹ ਮਾਲਕ ਵਾਹਿਗੁਰੂ ਐਸਾ ਸਮਰੱਥ ਹੈ, ਆਪ ਹੀ ਸੰਸਾਰ ਨੂੰ ਢਾਉਣ ਵਾਲਾ ਹੈ, ਤੇ ਫਿਰ ਢਾਹੇ ਉਸਾਰੇ, ਢਾਏ ਹੋਏ ਨੂੰ ਆਪ ਹੀ ਉਸਾਰਨ ਵਾਲਾ ਹੈ, ਆਪ ਹੀ ਇਹਨਾਂ ਜੀਵਾਂ ਦੇ ਸਰੀਰਾਂ ਨੂੰ ਬਣਾਉਣ ਵਾਲਾ ਹੈ, ਆਪ ਹੀ ਸਰੀਰਾਂ ਨੂੰ ਖਤਮ ਕਰਨ ਵਾਲਾ ਹੈ। ਹੁਕਮ ਸਵਾਰਨ ਹਾਰੋ, ਆਪਣੇ ਹੁਕਮ ਨਾਲ ਹੀ ਸ੍ਰਿਸ਼ਟੀ ਨੂੰ ਸਵਾਰ ਦਿੰਦਾ ਹੈ। ਕੁਰਾਨ ਸ਼ਰੀਫ ਦਾ ਇੱਕ ਬਚਨ ਹੈ, ਕਹਿੰਦੇ ਫਯਾ ਕੁਨ, ਕਹਿੰਦੇ ਜਦੋਂ ਸੱਲਾ ਨੇ ਸ਼ਬਦ ਬੋਲਿਆ ਨਾ ਫਯਾ ਕੁਨ, ਇਹਦਾ ਅਰਥ ਹੈ ਹੋ ਜਾ। ਕਹਿੰਦੇ ਉਸ ਪਰਮਾਤਮਾ ਨੇ ਕਿਹਾ ਕਿ ਹੋ ਜਾ, ਉਸ ਦੇ ਇਸ ਹੁਕਮ ਨਾਲ ਹੀ ਸ੍ਰਿਸ਼ਟੀ ਪੈਦਾ ਹੋ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੀਤਾ ਪਸਾਓ ਇੱਕੋ ਕਵਾਓ, ਕਵਾਓ ਦਾ ਅਰਥ ਹੈ ਇੱਕ ਸ਼ਬਦ, ਇੱਕ ਬਚਨ, ਇੱਕ ਬੋਲ। ਮਾਝੇ ਦੇ ਇਲਾਕੇ ਚ ਇੱਕ ਸ਼ਬਦ ਬੋਲਦੇ ਨੇ ਕਿ ਮੈਂ ਨੀ ਤੈਨੂੰ ਕਵਾਉਣਾ, ਕਵਾਉਣਾ ਦਾ ਅਰਥ ਹੁੰਦਾ ਬੋਲਣਾ, ਮੈਂ ਨੀ ਤੇਰੇ ਨਾਲ ਬੋਲਣਾ, ਉਹ ਕਹਿੰਦੇ ਮੈਂ ਨੀ ਤੈਨੂੰ ਕਵਾਉਣਾ। ਤੋ ਇਹ ਕਵਾਓ ਤੋਂ ਲਫ਼ਜ਼ ਬਣਿਆ। ਜਪਜੀ ਸਾਹਿਬ ਚ ਮਹਾਰਾਜ ਲਿਖਦੇ ਨੇ ਕੀਤਾ ਪਸਾਓ ਇੱਕੋ ਕਵਾਓ, ਕਹਿੰਦੇ ਉਸ ਵਾਹਿਗੁਰੂ ਨੇ ਜਿਹੜਾ ਪਸਾਰਾ ਕੀਤਾ ਇੱਕੋ ਕਵਾਓ ਨਾਲ, ਇੱਕੋ ਬਚਨ ਨਾਲ, ਇੱਕੋ ਸ਼ਬਦ ਨਾਲ। ਸੋ ਇੱਕੋ ਬਚਨ ਉਚਾਰਨ ਕੀਤਾ ਔਰ ਸ੍ਰਿਸ਼ਟੀ ਦੀ ਰਚਨਾ ਹੋਈ। ਇਸ ਤਰ੍ਹਾਂ ਕਹਿੰਦੇ ਹੁਕਮ ਸਵਾਰਨ ਹਾਰੋ, ਆਪਣੇ ਹੁਕਮ ਨਾਲ ਹੀ ਸ੍ਰਿਸ਼ਟੀ ਨੂੰ ਸੰਵਾਰ ਦਿੰਦਾ, ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਹੈ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ। ਇਹ ਸੰਸਾਰ ਤਾਂ ਇੱਕ ਬਹਾਨਾ ਹੈ, ਅਸਲ ਵਿੱਚ ਕਹਿੰਦੇ ਹੁੰਦਾ ਉਹੀ ਹੈ ਜੋ ਉਸ ਸਮਰੱਥ ਵਾਹਿਗੁਰੂ ਮਾਲਕ ਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ। ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਇਹ ਜੋ ਅੰਮ੍ਰਿਤ ਬਾਣੀ ਆਪਾਂ ਸਰਵਣ ਕਰ ਰਹੇ ਹਾਂ, ਇਸ ਪਵਿੱਤਰ ਬਾਣੀ ਦਾ ਨਾਮ ਹੈ ਸਾਧ ਸੰਗਤ ਜੀ ਅਲਾਣੀਆਂ। ਜਿਵੇਂ ਆਪਾਂ ਕੱਲ ਵਿਸਥਾਰ ਨਾਲ ਸਰਵਣ ਕਰ ਚੁੱਕੇ ਹਾਂ ਕਿ ਜਦੋਂ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਸੀ, ਪੁਰਾਣੇ ਸਮੇਂ ਚ ਉਸਦੇ ਪ੍ਰਥਾਏ ਕੁਝ ਬਜ਼ੁਰਗ ਔਰਤਾਂ ਰਲ ਕੇ ਬੜੇ ਬੈਰਾਗ ਵਿੱਚ ਆ ਕੇ ਬੜੇ ਦੁੱਖ ਦੇ ਸ਼ਬਦਾਂ ਨੂੰ ਇੱਕ ਸੁਰ ਲੈ ਦੇ ਵਿੱਚ ਉਚਾਰਦੀਆਂ ਸਨ, ਜਿਨ੍ਹਾਂ ਨੂੰ ਅਲਾਣੀਆਂ ਕਿਹਾ ਜਾਂਦਾ ਸੀ। ਸੋ ਉਹਨਾਂ ਅਲਾਣੀਆਂ ਦੀ ਤਰਜ ਤੇ ਮਹਾਰਾਜ ਜੀ ਨੇ ਇਹ ਅਲਾਣੀਆਂ ਬਾਣੀ ਉਚਾਰਨ ਕੀਤੀ ਹੈ। ਪਰ ਫਰਕ ਇਹ ਹੈ ਕਿ ਸੰਸਾਰ ਦੀਆਂ ਅਲਾਣੀਆਂ ਦੁਆਰਾ ਬੰਦੇ ਦੇ ਦੁੱਖਾਂ ਚ ਵਾਧਾ ਹੁੰਦਾ ਹੈ, ਔਰ ਇਹਨਾਂ ਅੰਮ੍ਰਿਤ ਅਲਾਣੀਆਂ ਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਸਮਝ ਕੇ ਸੰਸਾਰ ਦੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ, ਦੁੱਖ ਖਤਮ ਹੁੰਦੇ ਨੇ। ਇਸ ਕਰਕੇ ਮ੍ਰਿਤਕ ਪ੍ਰਾਣੀ ਦੇ ਸੰਸਕਾਰ ਤੋਂ ਉਪਰੰਤ ਵੀ
ਗੁਰੂ ਘਰ ਵਿਖੇ ਬਾਣੀ ਪੜ੍ਹੀ ਜਾਂਦੀ ਹੈ, ਪਰਿਵਾਰ ਨੂੰ ਸੁਣਾਈ ਜਾਂਦੀ ਹੈ, ਸੰਬੰਧੀਆਂ ਨੂੰ ਸੁਣਾਈ ਜਾਂਦੀ ਹੈ ਕਿ ਜਦੋਂ ਇਸ ਬਾਣੀ ਦੇ ਅਰਥ ਸਮਝਾਂਗੇ ਤੇ ਡਿੱਗਦੇ ਢਹਿੰਦੇ ਟੁੱਟੇ ਹੋਏ ਮਨ ਨੂੰ ਉਸ ਵੇਲੇ ਆਸਰਾ ਮਿਲਦਾ ਹੈ। ਸੋ ਇਸ ਕਰਕੇ ਇਸ ਬਾਣੀ ਅੰਦਰ ਇੱਕ ਅਸਲੀਅਤ ਨੂੰ ਸਤਿਗੁਰਾਂ ਨੇ ਵਰਣਨ ਕੀਤਾ ਹੈ ਜੋ ਉਸ ਵੇਲੇ ਬੰਦੇ ਦੇ ਮਨ ਤੇ ਅਸਰ ਹੁੰਦਾ ਹੈ। ਕੋਈ ਆਪਣਾ ਪਿਆਰਾ, ਕੋਈ ਪ੍ਰੇਮੀ, ਕੋਈ ਘਰ ਦਾ ਜੀ ਜਦੋਂ ਅਕਾਲ ਚਲਾਣਾ ਕਰ ਜਾਂਦਾ ਹੈ ਤੇ ਉਦੋਂ ਮਨ ਜਿਹੜਾ ਹੈ ਡੋਲ ਜਾਂਦਾ ਹੈ, ਡੋਲਦੇ ਹੋਏ ਮਨ ਨੂੰ ਵੀ ਬਾਣੀ ਸਹਾਰਾ ਦਿੰਦੀ ਹੈ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀ ਉਸ ਵੇਲੇ ਜੋ ਇੱਕ ਆਮ ਤੌਰ ਤੇ ਵਰਤਾਰਾ ਵਰਤਦਾ ਹੈ ਉਹਦੇ ਬਾਰੇ ਦੱਸ ਰਹੇ ਨੇ। ਮਹਾਰਾਜ ਕਹਿੰਦੇ ਲੋਕ ਰੋਂਦੇ ਬਹੁਤ ਨੇ ਕਿਉਂਕਿ ਜੀਵ ਮੋਹ ਦੇ ਵੱਸ ਹੈ ਨਾ, ਬੇਵੱਸ ਹੋ ਜਾਂਦਾ ਹੈ, ਬਦੋ ਬਦੀ ਰੋਂਦਾ ਹੈ। ਸਰੀਰਾਂ ਨਾਲ ਸਾਡਾ ਮੋਹ ਹੁੰਦਾ ਹੈ, ਜਿੰਨਾ ਜਿੰਨਾ ਮੋਹ ਜ਼ਿਆਦਾ ਹੈ ਉਹਨਾਂ ਉਹਨਾਂ ਰੋਣਾ ਵੱਧ ਹੁੰਦਾ ਹੈ। ਪਰ ਮਹਾਰਾਜ ਕਹਿੰਦੇ ਭਾਈ ਰੋਣ ਦਾ ਕੋਈ ਲਾਭ ਨਹੀਂ ਹੈ, ਆਪਣੇ ਮਨ ਨੂੰ ਸਮਝਾਓ। ਅਸਲ ਵਿੱਚ ਕਹਿੰਦੇ ਸੰਸਾਰੀ ਰੋਣਾ ਤਾਂ ਪਦਾਰਥਾਂ ਵਾਸਤੇ ਹੈ, ਅਸਲ ਵਿੱਚ ਉਸਦਾ ਰੋਣਾ ਪ੍ਰਵਾਨ ਹੈ। ਨਾਨਕ ਰੋਣਾ ਬਾਬਾ ਜਾਣੀਏ, ਬਾਬੇ ਦੁਆਰਾ ਤਾਂ ਹੇ ਭਾਈ ਉਸਦਾ ਰੋਣਾ ਅਸਲੀ ਜਾਣੀਏ, ਉਸਦਾ ਰੋਣਾ ਪ੍ਰਵਾਨ ਸਮਝੀਏ। ਜੇ ਰੋਵੈ ਲਾਏ ਪਿਆਰੋ, ਜੇ ਰੱਬ ਦੇ ਪਿਆਰ ਵਿੱਚ ਕੋਈ ਰੋਂਦਾ ਹੈ ਉਹ ਰੋਣਾ ਕਹਿੰਦੇ ਪ੍ਰਵਾਨ ਹੈ। ਉਹ ਜਿਹੜੇ ਹੰਝੂ ਨੇ ਉਹ ਸਾਡੇ ਹਿਰਦੇ ਨੂੰ ਧੋ ਦਿੰਦੇ ਨੇ, ਅੰਦਰ ਦੀ ਮੈਲ ਸ਼ੁੱਧ ਕਰ ਦਿੰਦੇ ਨੇ, ਸਾਫ਼ ਕਰ ਦਿੰਦੇ ਨੇ। ਪਦਾਰਥਾਂ ਵਾਸਤੇ ਤਾਂ ਸਾਰੇ ਰੋਂਦੇ ਨੇ, ਇਸ ਰੋਣ ਦਾ ਮਹਾਰਾਜ ਕਹਿੰਦੇ ਕੋਈ ਲਾਭ ਨਹੀਂ ਹੈ। ਇਸ ਕਰਕੇ ਫਰਮਾਉਂਦੇ ਨੇ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੋ। ਮਹਾਰਾਜ ਕਹਿੰਦੇ ਨੇ ਵਾਲੇਵੇ ਕਾਰਨ, ਵਲੇਵੇ ਦਾ ਅਰਥ ਵੱਲ ਛਲ ਵੀ ਹੁੰਦਾ ਹੈ। ਕਹਿੰਦੇ ਦੁਨੀਆ ਚ ਬਹੁਤੇ ਲੋਕ ਤਾਂ ਵੱਲ ਛਲ ਕਰਕੇ ਰੋਂਦੇ ਨੇ, ਸੰਸਾਰ ਦੀ ਇਹ ਹਾਲਤ ਦਾ ਆਪਾਂ ਨੂੰ ਪਤਾ ਹੈ। ਬਹੁਤ ਸਾਰਾ ਸੰਸਾਰ ਇਸ ਤਰ੍ਹਾਂ ਦਾ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਦਾ ਕੋਈ ਘਰ ਦਾ ਜੀ, ਕੋਈ ਬਜ਼ੁਰਗ ਜਾਂ ਕੋਈ ਹੋਰ ਅਕਾਲ ਚਲਾਣਾ ਕਰਦਾ, ਉਸ ਵੇਲੇ ਕੁਝ ਲੋਕ ਪਖੰਡ ਕਰਕੇ ਦੁਨੀਆਂ ਨੂੰ ਦਿਖਾਉਣ ਵਾਸਤੇ ਬਹੁਤ ਰੋਂਦੇ ਨੇ। ਪਰ ਉਸਨੂੰ ਜਿਹੜੇ ਨੇੜਿਓਂ ਜਾਣਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਦਾ ਇਸ ਪ੍ਰਾਣੀ ਨਾਲ ਕੋਈ ਸੰਬੰਧ ਤਾਂ ਨਹੀਂ ਸੀ, ਇਹਦਾ ਕੋਈ ਮੋਹ ਨਹੀਂ ਸੀ, ਇਹਦਾ ਕੋਈ ਪਿਆਰ ਨਹੀਂ ਸੀ। ਜਿੰਨਾ ਚਿਰ ਇਹ ਜਿਉਂਦਾ ਰਿਹਾ ਇਹ ਤਾਂ ਇਹਨੂੰ ਬੁਲਾਉਂਦਾ ਹੀ ਨਹੀਂ ਸੀ, ਪਰ ਹੁਣ ਦੁਨੀਆਂ ਨੂੰ ਦਿਖਾਉਣ ਵਾਸਤੇ ਰੋ ਰਿਹਾ। ਇਹ ਅਸਲੀਅਤ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਸੋ ਕਈ ਇਸ ਕਰਕੇ ਵੀ ਰੋਂਦੇ ਨੇ, ਜੇ ਮੈਂ ਨਾ ਰੋਇਆ ਲੋਕ ਕੀ ਸਮਝਣਗੇ, ਇਹਨੂੰ ਦੁੱਖ ਨਹੀਂ ਹੋਇਆ, ਇਸ ਕਰਕੇ ਵੀ ਰੋਂਦੇ। ਇਹਨੂੰ ਮਹਾਰਾਜ ਜੀ ਨੇ ਦੇਖੋ ਬਾਣੀ ਚ ਪਹਿਲਾਂ ਲਿਖਿਆ, ਮਹਾਰਾਜ ਕਹਿੰਦੇ ਵਾਲੇਵੇ ਕਾਰਨ ਬਾਬਾ ਰੋਈਐ। ਬਹੁਤੇ ਲੋਕ ਤਾਂ ਵਲੇਵੇ ਕਰਕੇ ਰੋਂਦੇ ਨੇ, ਦੁਨੀਆਂ ਨੂੰ ਦਿਖਾਉਣ ਵਾਸਤੇ ਰੋਂਦੇ ਨੇ। ਇਸ ਤੋਂ ਇਲਾਵਾ ਵਿਦਵਾਨ ਮਹਾਂਪੁਰਖਾਂ ਨੇ ਵਲੇਵੇ ਦਾ ਅਰਥ ਕੀਤਾ ਹੈ ਦੁਨੀਆਂ ਦੇ ਪਦਾਰਥ। ਕਹਿੰਦੇ ਬਹੁਤੇ ਲੋਕ ਦੁਨੀਆਂ ਦੇ ਪਦਾਰਥਾਂ ਵਾਸਤੇ ਰੋਂਦੇ ਨੇ, ਇਸ ਤਰ੍ਹਾਂ ਵੀ ਆਪਾਂ ਸੰਸਾਰ ਵਿੱਚ ਦੇਖਦੇ ਹਾਂ। ਇਸ ਕਰਕੇ ਲੋਕ ਰੋਂਦੇ ਨੇ ਕਿ ਤੂੰ ਸੰਸਾਰ ਤੋਂ ਚਲੇ ਗਿਆ, ਹੁਣ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ, ਹੁਣ ਸਾਨੂੰ ਕੌਣ ਰੋਟੀ ਦੇਵੇਗਾ। ਇਸ ਕਰਕੇ ਵੀ ਕਈ ਰੋਂਦੇ ਨੇ, ਇਹ ਵੀ ਵਲੇਵਾ ਹੈ। ਤੁਹਾਰਾ ਕਹਿੰਦੇ ਭਾਈ ਇਹ ਸਰੀਰਾਂ ਦੇ ਮੋਹ ਵਿੱਚ ਫਸ ਕੇ ਜਿਹੜਾ ਰੋਣਾ ਹੈ ਇਹਦਾ ਕੋਈ ਲਾਭ ਨਹੀਂ ਹੈ। ਰੋਵਣ ਸਗਲ ਬਿਕਾਰੋ, ਇਸ ਤਰ੍ਹਾਂ ਦੇ ਰੋਣ ਨਾਲ ਤਾਂ ਵਿਕਾਰ ਹੀ ਪੈਦਾ ਹੁੰਦੇ ਨੇ। ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ। ਕਹਿੰਦੇ ਇਸ ਤਰ੍ਹਾਂ ਜਿਹੜਾ ਰੋਣਾ ਹੈ ਇਹ ਵਿਕਾਰ ਹੈ, ਵਿਅਰਥ ਹੈ। ਜਿਹੜਾ ਗਾਫਲ ਸੰਸਾਰ ਭੁੱਲਾ ਹੋਇਆ, ਸੱਚ ਦੇ ਰਸਤੇ ਤੋਂ ਭੁੱਲਾ ਹੋਇਆ ਸੰਸਾਰ ਹੈ, ਇਹ ਸੰਸਾਰੀ ਜੀਵ ਮਾਇਆ ਕਾਰਨ ਰੋਵੈ, ਮਾਇਆ ਵਾਸਤੇ ਰੋਂਦੇ ਹਨ। ਮੰਦਾ ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏਵੈ ਖੋਵੈ। ਕਹਿੰਦੇ ਚੰਗੇ ਤੇ ਮੰਦੇ ਦੀ ਵਿਚਾਰ ਨਹੀਂ ਜਾਣਦੇ, ਸੱਤ ਅਤੇ ਅਸੱਤ ਦਾ ਕੋਈ ਖਿਆਲ ਨਹੀਂ ਹੈ। ਇਸ ਜ਼ਿੰਦਗੀ ਔਰ ਮੌਤ ਦਾ ਕੋਈ ਫਰਕ ਇਸ ਨੂੰ ਸਮਝ ਨਹੀਂ ਹੈ। ਇਹ ਜੀਵਨ ਕਿਵੇਂ ਸਫਲ ਹੋਣਾ ਤੇ ਕਿਵੇਂ ਮੈਂ ਬਰਬਾਦ ਕਰ ਰਿਹਾ ਇਸ ਬਾਰੇ ਸਮਝਦਾ ਨਹੀਂ ਹੈ। ਇਸ ਕੀਮਤੀ ਜਨਮ ਨੂੰ, ਇਸ ਜੀਵਨ ਨੂੰ ਏਵੈ ਖੋਵੈ, ਇਸ ਤਰ੍ਹਾਂ ਕਹਿੰਦੇ ਪਦਾਰਥਾਂ ਦੇ ਝੂਠੇ ਮੋਹ ਵਿੱਚ ਹੀ ਬਰਬਾਦ ਕਰੀ ਜਾਂਦਾ ਹੈ। ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ।
ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਇੱਥੇ ਸੰਸਾਰ ਵਿੱਚ ਜੋ ਆਇਆ ਹੈ ਸਭ ਕੋ ਜਾਸੀ, ਹਰ ਕੋਈ ਇੱਥੋਂ ਚਲੇ ਗਿਆ ਹੈ, ਇਸ ਕਰਕੇ ਕੂੜ ਕਰੋ ਅਹੰਕਾਰੋ, ਤੂੰ ਅਹੰਕਾਰ ਨਾ ਕਰ, ਤੇਰਾ ਕੀਤਾ ਅਹੰਕਾਰ ਤਾਂ ਇੱਕ ਝੂਠ ਹੀ ਹੈ, ਇਸ ਝੂਠੇ ਅਹੰਕਾਰ ਦਾ ਤੈਨੂੰ ਨੁਕਸਾਨ ਹੀ ਹੋਣਾ, ਕੋਈ ਲਾਭ ਨਹੀਂ ਹੋਣਾ, ਜਿੰਨਾ ਮਰਜ਼ੀ ਅਹੰਕਾਰ ਕਰਦਾ ਰਹੇ ਕਿ ਮੇਰੇ ਵਰਗਾ ਕੌਣ ਹੈ, ਮੇਰੇ ਤੋਂ ਬਿਨਾਂ ਕੌਣ ਹੈ। ਮਹਾਰਾਜ ਕਹਿੰਦੇ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ, ਤੇਰਾ ਮਾਣ ਅਹੰਕਾਰ ਹੀ ਤੇਰੇ ਦੁੱਖਾਂ ਦਾ ਕਾਰਨ ਬਣ ਜਾਏਗਾ। ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਇਸ ਤਰ੍ਹਾਂ ਇਸ ਅਲਾਣੀਆਂ ਬਾਣੀ ਦੇ ਚਾਰ ਪਦੇ ਇੱਥੇ ਸਮਾਪਤ ਹੁੰਦੇ ਨੇ। ਪਹਿਲਾ ਸ਼ਬਦ ਇੱਥੇ ਸਮਾਪਤ ਹੋਇਆ। ਹਜ਼ੂਰ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੇ ਭਾਈ ਉਸ ਦਾ ਰੋਣਾ ਪ੍ਰਵਾਨ ਹੈ ਜੋ ਰੋਵੈ ਲਾਏ ਪਿਆਰੋ, ਜੋ ਰੱਬ ਦੇ ਪਿਆਰ ਵਿੱਚ ਰੋਂਦਾ ਹੈ ਉਸ ਦਾ ਰੋਣਾ ਸਫਲ ਹੈ, ਉਸ ਦਾ ਰੋਣਾ ਪ੍ਰਵਾਨ ਹੈ। ਜੋ ਸੰਸਾਰ ਵਾਸਤੇ, ਸਰੀਰਾਂ ਵਾਸਤੇ, ਦੁਨਿਆਵੀ ਪਦਾਰਥਾਂ ਵਾਸਤੇ ਰੋਂਦਾ ਉਹ ਤਾਂ ਵਿਅਰਥ ਹੈ, ਬੇਕਾਰ ਹੈ, ਆਪਣੇ ਆਪ ਨੂੰ ਖਪਾਉਣ ਵਾਲੀ ਗੱਲ ਹੈ, ਘਾਟੇ ਵਾਲੀ ਗੱਲ ਹੈ। ਇਸ ਕਰਕੇ ਪਦਾਰਥਾਂ ਦਾ ਮੋਹ ਤਿਆਗ ਕੇ ਜਦੋਂ ਸੱਚ ਨਾਲ ਜੁੜੇਗਾ, ਇਸ ਅਸਲੀਅਤ ਨੂੰ ਸਮਝ ਸਕੇਗਾ, ਔਰ ਇਸ ਅਸਲੀਅਤ ਨੂੰ ਕੇਵਲ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ ਸਮਝਿਆ ਜਾਂਦਾ ਹੈ। ਇਸ ਕਰਕੇ ਗੁਰੂ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਆਪਣੀ ਬਾਣੀ ਨਾਲ ਸਾਨੂੰ ਜੋੜੋ। ਇਸੇ ਤਰ੍ਹਾਂ ਸੰਗਤ ਵਿੱਚ ਆਉਣ ਦਾ, ਬੈਠਣ ਦਾ, ਬਾਣੀ ਪੜ੍ਹਨ ਸੁਣਨ ਦਾ ਬਲ ਉੱਦਮ ਸਾਨੂੰ ਬਖਸ਼ਿਸ਼ ਕਰੋ। ਇਸ ਜੀਵਨ ਕਾਲ ਅੰਦਰ ਆਪ ਜੀ ਦੀ ਬਾਣੀ ਨਾਲ, ਆਪ ਜੀ ਦੇ ਬਾਣੀ ਨਾਲ, ਪੰਜ ਕਕਾਰਾਂ ਦੀ ਰਹਿਤ ਨਾਲ ਅਸੀਂ ਜੁੜ ਸਕੀਏ ਔਰ ਇਸ ਮਨੁੱਖਾ ਜੀਵਨ ਨੂੰ ਸਫਲ ਕਰ ਸਕੀਏ। ਇਹ ਦਾਤ ਸਤਿਗੁਰੂ ਜੀ ਸਾਡੀ ਝੋਲੀ ਪਾਉਣ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਅਰਦਾਸ ਹੈ। ਪੜ੍ਹੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦੇ ਹਾਂ ਸਤਸੰਗਤ ਜੀ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਸਮੂਹ ਭੁੱਲਾਂ ਦੀ ਖਿਮਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਜੀ। ਆਓ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਐਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆ ਵਾਧਾਈਆ, ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹੋ ਹਰੀ ਖੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਤ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਖੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟਹੋ, ਜਿਸ ਦੀਆ ਇਹੀ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ,
ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੀ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ